بله ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਬਹੁਤ ਪਿਆਰ ਦੇ ਨਾਲ ਜੀ ਆਇਆਂ ਨੂੰ। ਪ੍ਰੋਗਰਾਮ ਹੈ ਪੰਜਾਬੀ ਵਿਰਸਾ ਅਤੇ ਮੈਂ ਹਾਂ ਤੁਹਾਡੀ ਆਪਣੀ ਰੂਪਦਵਿੰਦਰ ਕੌਰ। ਮੇਰੇ ਵੱਲੋਂ ਬਹੁਤ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ। ਮੈਨੂੰ ਪਤਾ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੀ ਹਮੇਸ਼ਾ ਉਡੀਕ ਕਰਦੇ ਹੋ ਔਰ ਮੈਂ ਵੀ ਇਸ ਪ੍ਰੋਗਰਾਮ ਦੀ ਉਡੀਕ ਕਰਦੀ ਹਾਂ ਕਿਉਂਕਿ ਤੁਹਾਡੇ ਨਾਲ ਨਾਲ ਮੈਂ ਵੀ ਬਹੁਤ ਅੱਛੇ ਅੱਛੇ ਲੋਕਾਂ ਨੂੰ ਮਿਲਦੀ ਹਾਂ ਜਿਨ੍ਹਾਂ ਦੇ ਨਾਲ ਗੱਲਬਾਤ ਹੁੰਦੀ ਹੈ ਔਰ ਅਸੀਂ ਇਸ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਸਿੱਖਦੇ ਹਾਂ। ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਕਾਫੀ ਰਾਈਟਰਸ ਨੂੰ ਮਿਲ ਚੁੱਕੇ ਹੋ, ਸਿੰਗਰਸ ਨੂੰ ਮਿਲ ਚੁੱਕੇ ਹੋ, ਪੋਲੀਟੀਸ਼ੀਅਨਸ ਵੀ ਇਸ ਪ੍ਰੋਗਰਾਮ 'ਚ ਆਉਂਦੇ ਨੇ, ਪਰ ਅੱਜ ਜਿਹੜੇ ਗੈਸਟ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ, ਇਸ ਕੈਟਾਗਰੀ ਦੇ ਗੈਸਟ ਪਹਿਲਾਂ ਕਦੀ ਵੀ ਨਹੀਂ ਆਏ ਜੀ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਡਿਟੈਕਟਿਵ ਸਾਜੈਂਟ ਪਹੁੰਚੇ ਨੇ ਔਰ ਇਹ ਕੋਈ ਮਾੜੇ ਮੋਟੇ ਇਨਸਾਨ ਨਹੀਂ ਹੈਗੇ। ਇਹਨਾਂ ਨੇ ਆਪਣੀ ਜੋਬ ਛੱਡ ਕੇ ਥੋੜ੍ਹੇ ਚਿਰ ਵਾਸਤੇ ਬਹੁਤ ਵੱਡਾ ਚੈਰਿਟੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਮੇਰਾ ਦਿਲ ਕਰਦਾ ਕਿ ਇਹਨਾਂ ਦੇ ਨਾਲ ਅਸੀਂ ਅੱਜ ਢੇਰ ਸਾਰੀਆਂ ਗੱਲਾਂ ਕਰੀਏ ਅਤੇ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਸੁਣੋ। ਅਤੇ ਆਓ ਅਸੀਂ ਸਵਾਗਤ ਕਰਦੇ ਹਾਂ ਸਾਡੇ ਬਹੁਤ ਹੀ ਪਿਆਰੇ ਗੈਸਟ ਜਸਪਾਲ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਹਾਂਜੀ, ਬਹੁਤ ਵਧੀਆ। ਹਾਂਜੀ ਜਸਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬਾਰੇ ਸਾਰਿਆਂ ਨੂੰ ਖੁੱਲ੍ਹ ਕੇ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੀ ਬੈਕਗਰਾਊਂਡ। ਅਤੇ ਤੁਸੀਂ ਵੈਸੇ ਡਿਟੈਕਟਿਵ ਸਾਜੈਂਟ ਲੱਗਦੇ ਨਹੀਂ ਹੈਗੇ, ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਹਾਂਜੀ, ਅਸੀਂ ਥੋੜ੍ਹਾ ਕੁ ਅੰਡਰ ਕਵਰ ਆ ਬਾਣੇ 'ਚ। ਅਸੀਂ ਸਾਡਾ ਜਨਮ ਇੱਥੇ ਇੰਗਲੈਂਡ 'ਚ ਹੋਇਆ ਸੀਗਾ 1970 ਦੇ ਵਿੱਚ। ਤਾਂ ਸਾਡੇ ਮਾਂ ਪਿਓ ਜਿੱਦਾਂ ਇੰਡੀਆ ਤੋਂ ਆਏ ਸੀਗੇ ਜਲੰਧਰ ਪੰਜਾਬ, ਤਾਂ ਸਾਡਾ ਬਾਬਾ ਫੌਜ ਦੇ ਵਿੱਚ ਸੀਗਾ ਤਾਂ ਉਹਨਾਂ ਨੂੰ ਜਦੋਂ ਪੈਨਸ਼ਨ ਉਹਨਾਂ ਦੀ ਲੱਗੀ ਸੀਗੀ ਉਦੋਂ ਉਹਨਾਂ ਨੂੰ ਵਾਊਚਰ ਮਿਲਿਆ ਸੀਗਾ ਵੀ ਇੱਥੇ ਲੋੜ ਆ ਲੇਬਰ ਦੀ। ਤਾਂ ਉਸ ਵਾਊਚਰ 'ਤੇ ਅਸੀਂ ਆਏ ਸੀਗੇ। ਤਾਂ ਯਾਨੀ ਤੁਹਾਡੇ ਪੇਰੈਂਟਸ ਆਏ ਸੀਗੇ? ਹਾਂਜੀ, ਠੀਕ ਹੈ। ਮੇਰਾ ਬਾਬਾ ਤਾਂ ਮੇਰੇ ਪੇਰੈਂਟਸ ਫੈਮਿਲੀ ਆਏ ਸੀਗੇ ਉਦੋਂ। ਤਾਂ ਇੱਥੇ ਫਿਰ ਸਾਡੀ ਸਕੂਲਿੰਗ ਹੋਈ, ਤਾਂ ਸਕੂਲਿੰਗ ਦੇ ਵਿੱਚ ਅਸੀਂ ਫਿਰ ਗ੍ਰੈਜੂਏਟ ਹੋ ਕੇ ਫਿਰ ਪੁਲਿਸ ਦੇ ਵਿੱਚ ਜੁਆਇਨ ਕੀਤਾ ਸੀ। ਕੀ ਤੁਹਾਡੇ ਜਦੋਂ ਤੁਸੀਂ ਬੱਚੇ ਸੀਗੇ, ਛੋਟੇ ਹੁੰਦੇ ਸੀਗੇ, ਕੀ ਤੁਸੀਂ ਉਦੋਂ ਪੁਲਿਸ ਵਿੱਚ ਹੀ ਜਾਣਾ ਚਾਹੁੰਦੇ ਸੀ ਜਾਂ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਘਰ ਦਾ? ਮੈਨੂੰ ਯਾਦ ਆ ਗਈ ਕਿ ਅਸੀਂ 2.5 ਸਾਲਾਂ ਦੇ ਜਦੋਂ ਸੀਗੇ ਬ੍ਰਾਈਟਨ ਬੀਚ 'ਤੇ ਸੀਗੇ ਤਾਂ ਫੋਟੋ ਸਾਡੀ ਖਿੱਚੀ ਸੀਗੀ ਕਿਸੇ ਨੇ, ਤਾਂ ਮੈਂ ਇੱਦਾਂ ਕਰਿਆ ਸੀਗਾ ਜੇਬਾਂ 'ਚ ਹੱਥ ਪਾ ਕੇ, ਤਾਂ ਮੇਰੇ ਡੈਡ ਨੇ ਕਿਹਾ ਸੀਗਾ ਵੀ ਦੇਖੋ ਕਿੱਦਾਂ ਥਾਣੇਦਾਰ ਅਗਰ ਖਰਾਇਆ। ਤਾਂ ਉਹ ਗੱਲ ਯਾਦ ਆ ਗਈ ਕਿ ਸਮਾਰਟ ਰਹਿਣਾ, ਹੋਰ ਬਾਕੀ ਆਦਤ ਠੀਕ ਹੈ। ਹਾਂਜੀ, ਪਹਿਲਾਂ ਤਾਂ ਹੁੰਦੀ ਆ ਜੋ ਸਾਡੀ ਐਂਬੀਸ਼ਨ ਹੁੰਦੀ ਆ, ਸਾਡੀ ਐਂਬੀਸ਼ਨ ਇਹ ਸੀਗੀ ਕਿ ਅਸੀਂ ਹੈਲਪ ਕਰਨਾ ਲੋਕਾਂ ਨੂੰ। ਸਾਨੂੰ ਇਹ ਪਤਾ ਸੀਗਾ ਛੋਟੀ ਉਮਰ 'ਚ ਵੀ ਅਸੀਂ ਹੈਲਪ ਕਰਨਾ, ਕਿੱਦਾਂ ਕਰਨਾ। ਫਿਰ ਸਾਡਾ ਹੌਲੀ ਹੌਲੀ ਮਨ ਬਣਿਆ ਕਿ ਅਸੀਂ ਵਕੀਲ ਬਣੀਏ। ਵਕੀਲ ਤੋਂ ਅਸੀਂ ਸੋਚਿਆ ਨਹੀਂ, ਪੁਲਿਸ ਅਫਸਰ ਦੀ ਵਧੀਆ ਨੌਕਰੀ ਆ ਕਿਉਂਕਿ ਉਹ 'ਚ ਜ਼ਿਆਦਾ ਪੇਪਰ ਵਰਕ ਵੀ ਜ਼ਿਆਦਾ ਨਹੀਂ ਹੈਗਾ, ਬਾਕੀ ਤੁਹਾਡਾ ਹੈਂਡਸ ਔਨ ਐਕਸਪੀਰੀਅੰਸ ਵੀ ਐਕਸ਼ਨ ਵੀ ਥੋੜ੍ਹਾ ਹੈਗਾ। ਹਾਂਜੀ ਜੀ ਜੀ, ਮੈਂ ਇਹਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਥੋੜ੍ਹਾ ਜਿਹਾ ਹੋਰ ਅਲੈਬੋਰੇਸ਼ਨ ਵਾਸਤੇ ਕਹਾਂਗੀ, ਕਿਉਂਕਿ ਜਿਸ ਟਾਈਮ 'ਤੇ ਮੇਰੇ ਖਿਆਲ 1993 ਦੇ ਵਿੱਚ ਤੁਸੀਂ ਪੁਲਿਸ ਫੋਰਸ ਜਿਹੜੀ ਆ ਜੁਆਇਨ ਕੀਤੀ ਹੈ, ਉਹਨਾਂ ਦਿਨਾਂ ਦੇ ਵਿੱਚ ਮਤਲਬ ਪੁਲਿਸ ਦੇ ਵਿੱਚ ਜਾਣਾ ਇੱਕ ਬੜੀ ਵੱਡੀ ਗੱਲ ਹੁੰਦੀ ਸੀ, ਬਿਕੋਜ਼ ਜਿਹੜੀ ਆਪਣੀ ਏਸ਼ੀਅਨ ਕਮਿਊਨਿਟੀ ਆ, ਖਾਸ ਕਰਕੇ ਫਿਰ ਪੱਗ ਵਾਲੇ ਸਰਦਾਰ, ਇਹ ਬਹੁਤ ਘੱਟ ਪੁਲਿਸ ਦੇ ਵਿੱਚ ਜਾਂਦੇ ਸੀਗੇ ਫੋਰ ਮੈਨੀ ਰੀਜ਼ਨਸ। ਅਤੇ ਤੁਹਾਡੇ ਪੇਰੈਂਟਸ ਨੇ ਜਾਂ ਮਤਲਬ ਆਲੇ ਦੁਆਲੇ ਜਿਹੜੇ ਫੈਮਿਲੀ ਮੈਂਬਰਸ, ਹਾਓ ਵਾਜ਼ ਦੈਟ ਰਿਸੀਵਡ ਕਿ ਤੁਸੀਂ ਪੁਲਿਸ 'ਚ ਜਾਣਾ ਚਾਹੁੰਦੇ ਹੋ? ਅਤੇ ਤੁਹਾਨੂੰ ਪੁਲਿਸ ਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਰਿਐਕਸ਼ਨ ਕੀ ਸੀਗਾ, ਉਹ ਵੀ ਥੋੜ੍ਹਾ ਜਿਹਾ ਦੱਸੋ। ਹਾਂਜੀ, ਅਸੀਂ ਜਦੋਂ ਪੁਲਿਸ ਜੁਆਇਨ ਕਰਨਾ ਸੀਗਾ ਉਦੋਂ ਅਸੀਂ ਸਾਡੇ ਯਾਰਾਂ ਦੋਸਤਾਂ ਨੂੰ ਨਹੀਂ ਸੀ ਦੱਸਿਆ ਕਿਉਂਕਿ ਮੈਂ ਚਾਹੁੰਦਾ ਨਹੀਂ ਸੀਗਾ ਕਿ ਉਹਨਾਂ ਦਾ ਜੋ ਇਨਫਲੂਐਂਸ ਆ ਜਾਂ ਉਹਨਾਂ ਦੇ ਕੋਈ ਆਪਣੀ ਜੋ ਵਰੀ ਆ ਉਹਨਾਂ ਦੀ ਵੀ ਸਾਡੇ ਮਨ 'ਤੇ ਪੈਵੇ। ਤਾਂ ਅਸੀਂ ਮਾਇੰਡ ਬਣਾਇਆ ਸੀਗਾ, ਸਾਡਾ ਜਿਹੜਾ ਫਰੈਂਡ ਸੀਗਾ ਕੰਮ 'ਤੇ, ਅਸੀਂ ਹੋਰ ਇੰਸ਼ੋਰੈਂਸ ਕੰਪਨੀ ਲਈ ਪਹਿਲਾਂ ਕੰਮ ਕਰਦੇ ਸੀਗੇ, ਅਸੀਂ ਫਾਈਨੈਂਸ਼ੀਅਲ ਕੰਸਲਟੈਂਟ ਸੀਗੇ ਉੱਥੇ, ਤਾਂ ਉਹ ਮਰਡਰ ਉਹਦਾ ਹੋਇਆ ਸੀਗਾ ਜੀ। ਤਾਂ ਉਦੋਂ ਮੇਰਾ ਕੰਟੈਕਟ ਹੋਇਆ ਸੀਗਾ ਜਿਹੜੇ ਡਿਟੈਕਟਿਵ ਸੀਗੇ ਨਿਊ ਸਕਾਟਲੈਂਡ ਯਾਰਡ ਤੋਂ ਆਏ ਸੀਗੇ। ਤਾਂ ਮੇਰੇ ਮਨ 'ਚ ਇਹ ਸੀਗਾ ਕਿ ਜਿਹੜੀ ਇਹ ਜੋਬ ਇਹ ਕਰਦੇ ਆ ਇਹ ਅਸੀਂ ਕਰਨੀ ਆ, ਕਿਉਂਕਿ ਜੋ ਪਰਿਵਾਰ ਆ, ਜੋ ਉਹਨਾਂ ਦਾ ਲੋਸ ਹੋਇਆ ਆ, ਵੀ ਉਹ ਤਾਂ ਚਲੋ ਬੰਦਾ ਤਾਂ ਕਦੀ ਆਉਣ ਨਹੀਂ ਲੱਗਾ ਵਾਪਸ, ਪਰ ਜਿਹੜਾ ਤੁਸੀਂ
ਜਿਹਨੇ ਖੂਨ ਕੀਤਾ ਤਾਂ ਉਹ ਤੁਸੀਂ ਉਹਨੂੰ ਫੜ ਕੇ ਫਿਰ ਵਾਪਸ ਫੈਮਿਲੀ ਨੂੰ ਜਾ ਕੇ ਦੱਸਣਾ ਵੀ ਅਸੀਂ ਉਹ ਬੰਦਾ ਫੜ ਲਿਆ ਤਾਂ ਮੇਰੇ ਮਨ 'ਚ ਇਹ ਸੀਗਾ ਵੀ ਇਹ ਤੋਂ ਵੱਡੀ ਗੱਲ ਕੋਈ ਹੈਗੀ ਨਹੀਂ ਇਸ ਯੂ ਨੋ ਜੋਬ ਜੋਬ ਕ੍ਰਾਈਮ ਨੂੰ ਰੋਕਣਾ ਅਤੇ ਕ੍ਰਾਈਮ ਨੂੰ ਮਤਲਬ ਉਹਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਨੀ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਚੀਜ਼ ਹੈਗੀ ਆ ਇਹਦੇ ਵਾਸਤੇ ਬੜੀ ਵੱਡੀ ਰਿਸਪੋਂਸੀਬਿਲਟੀ ਹੈਗੀ ਆ ਅਤੇ ਹਾਓ ਡੂ ਯੂ ਯੋਰ ਪੇਰੈਂਟਸ ਫੀਲ ਅਬਾਊਟ ਦਿਸ ਕਿ ਜਦੋਂ ਤੁਸੀਂ ਪਹਿਲਾਂ ਜੁਆਇਨ ਕੀਤਾ ਤਾਂ ਉਹਨਾਂ ਨੂੰ ਕਿੱਦਾਂ ਫਖਰ ਹੋਇਆ ਬੜਾ ਮਾਣ ਹੋਇਆ ਜਾਂ ਮਤਲਬ ਵਧੇ ਲਿਟ ਬਿਟ ਸਕੇਅਰਡ ਅਬਾਊਟ ਯੂ ਜੁਆਇਨਿੰਗ ਦਾ ਫੋਰਸ ਚਲੋ ਡੈਡ ਤਾਂ ਉਹਦਾ ਮੇਰੇ ਡੈਡ ਦਾ ਤਾਂ ਬਾਬਾ ਮੇਰਾ ਉਹ ਫੌਜ 'ਚ ਸੀਗਾ ਸੋ ਇਸ ਕਰਕੇ ਮੇਰੇ ਡੈਡ ਨੇ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਤਾਂ ਪਰ ਮੇਰੀ ਮੰਮ ਨੂੰ ਪ੍ਰੋਬਲਮ ਸੀਗੀ ਤਾਂ ਮਾਂ ਨੂੰ ਡਰ ਹੁੰਦਾ ਵੀ ਬੱਚੇ ਨੂੰ ਕੁਛ ਹੋ ਨਾ ਜਾਵੇ ਜਾਂ ਇੱਦਾਂ ਕੁਛ ਨਾ ਹੋਵੇ ਇੱਦਾਂ ਹੈ ਨਾ ਤਾਂ ਅਸੀਂ ਫਿਰ ਇੱਦਾਂ ਸਮਝਾਇਆ ਕਿ ਬਾਬਾ ਜੀ ਫੌਜ 'ਚ ਸੀਗੇ ਵੀ ਉਹ ਰੋਜ਼ ਇੰਨੇ ਲੋਕ ਮਰਦੇ ਸੀਗੇ ਉਹਦੇ ਸਾਥੀ ਪਰ ਉਹ ਉਹਨਾਂ ਦਾ ਕਦੀ ਨਹੀਂ ਬਾਲ ਪਿੰਗਾ ਹੋਇਆ ਦੇਖੋ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਨਾਲੇ ਜਿਹੜਾ ਜਿੰਨਾ ਸਾਹ ਲਿਖਿਆ ਆ ਉਹਨੇ ਲੈਣੇ ਹੀ ਲੈਣੇ ਆ ਅਤੇ ਇੱਦਾਂ ਡਰ ਕੇ ਤਾਂ ਬੰਦਾ ਰਹਿ ਨਹੀਂ ਸਕਦਾ ਨਾ ਹਾਂਜੀ ਜ਼ਰੂਰ ਨਾਲੇ ਜਿਹੜਾ ਸਿੰਘ ਹੁੰਦਾ ਸਿੰਘ ਤਾਂ ਹੁੰਦਾ ਹੀ ਸ਼ੇਰ ਹੈ ਹਾਂਜੀ ਕੋਸ਼ਿਸ਼ ਕਰਦੇ ਆ ਤਾਂ ਇੱਦਾਂ ਕਈ ਇਨਕਾਊਂਟਰ ਹੋਏ ਆ ਤਾਂ 22 ਸਾਲਾਂ ਦੇ ਵਿੱਚ ਤਾਂ ਗੁਰੂ ਜੀ ਨੇ ਸਾਥ ਦਿੱਤਾ ਹਰ ਵੇਲੇ ਤਾਂ ਕਦੀ ਕਿਸੇ ਨੇ ਸਾਨੂੰ ਹੱਥ ਨਹੀਂ ਲਾਇਆ ਅੱਜ ਤੱਕ ਤਾਂ ਬਹੁਤ ਕਿਰਪਾ ਰਹੀ ਆ ਤਾਂ ਬਾਕੀ ਪਰ ਮੰਮ ਨੂੰ ਡਰ ਸੀਗਾ ਤਾਂ ਅਸੀਂ ਫਿਰ ਜਦੋਂ ਸਮਝਾਇਆ ਵੀ ਬਾਬਾ ਜੀ ਦੇ ਨਾਲ ਇੱਦਾਂ ਹੋਈ ਸੀਗੀ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ ਤਾਂ ਉਹਦੇ ਤਾਂ ਰੋਜ਼ ਗੋਲੀਆਂ ਪੈਂਦੀਆਂ ਸੀ ਤਾਂ ਸਾਡੇ ਤਾਂ ਇੱਦਾਂ ਵੀ ਇੰਨਾ ਡੇਂਜਰਸ ਨਹੀਂ ਹੈਗਾ ਜੀ ਮੈਂ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗੀ ਕਿ ਜਦੋਂ ਇਨਸਾਨ ਕੋਈ ਜੋਬ ਕਰਦਾ ਹੈ ਜਾਂ ਸਾਡੀ ਜਿਹੜੀ ਸਿੱਖੀ ਦੇ ਵਿੱਚ ਵੀ ਹੈਗੀ ਦਸਵੰਧ ਕੱਢਣ ਦੀ ਗੱਲ ਆਉਂਦੀ ਹੈ ਅਤੇ ਦਸਵੰਧ ਸਿਰਫ ਪੈਸਿਆਂ ਨਾਲ ਨਹੀਂ ਕੱਢਿਆ ਜਾਂਦਾ ਉਹ ਤੁਹਾਡੀ ਸੇਵਾ ਵੀ ਹੁੰਦੀ ਹੈ ਅਤੇ ਜਿਹੜਾ ਕੰਮ ਅਸੀਂ ਆਪਣੇ ਪਰਿਵਾਰ ਲਈ ਕਰਦੇ ਹਾਂ ਜਾਂ ਰੋਜ਼ੀ ਰੋਟੀ ਕਮਾਉਂਦੇ ਹਾਂ ਉਹ ਤਾਂ ਸਾਰੇ ਹੀ ਕਮਾਉਂਦੇ ਨੇ ਪਰ ਕੰਮ ਅਸਲੀ ਉਹ ਹੁੰਦਾ ਸਾਡੇ ਗੁਰੂਆਂ ਨੇ ਵੀ ਦੂਸਰਿਆਂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਔਰ ਕੰਮ ਉਹੀ ਹੁੰਦਾ ਜਿਹੜਾ ਅਸੀਂ ਕਮਿਊਨਿਟੀ ਲਈ ਕਰਦੇ ਹਾਂ ਔਰ ਮੈਂ ਸਿਰਫ ਜਸਪਾਲ ਸਿੰਘ ਜੀ ਨੂੰ ਇੱਥੇ ਇਹਨਾਂ ਦੇ ਪੁਲੀਸਿੰਗ ਕਰੀਅਰ ਕਰਕੇ ਨਹੀਂ ਬੁਲਾਇਆ ਮੈਂ ਇਹਨਾਂ ਨੂੰ ਇਸ ਕਰਕੇ ਇੱਥੇ ਬੁਲਾਇਆ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਆਪਣੇ ਹੱਥ ਦੇ ਵਿੱਚ ਲਿਆ ਜਿਹਦੇ ਕਿ ਬਾਰੇ ਅਸੀਂ ਖੋਲ੍ਹ ਕੇ ਗੱਲਾਂ ਕਰਾਂਗੇ ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਹੜੇ ਇਨਸਾਨ ਨੇ ਇੱਕ ਬੱਚਿਆਂ ਨੂੰ ਉਹ ਬੱਚੇ ਜਿਹੜੇ ਕਿ ਬਹੁਤ ਗਰੀਬ ਨੇ ਸਲੰਮਸ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਐਜੂਕੇਟ ਕਰਨ ਦਾ ਇਹ ਇੱਕ ਵੱਡਾ ਪ੍ਰੋਜੈਕਟ ਆਪਣੇ ਹੱਥ ਵਿੱਚ ਲਿਆ ਉਹਨਾਂ ਦੀ ਬੈਕਗਰਾਊਂਡ ਕੀ ਹੈ ਇਹ ਆਈਡੀਆ ਉਹਨਾਂ ਦੇ ਦਿਲ ਵਿੱਚ ਕਿੱਥੋਂ ਆਇਆ ਉਹਨਾਂ ਦੀ ਆਪਣੀ ਚਾਈਲਡਹੁੱਡ ਕਿਹੋ ਜਿਹੀ ਸੀ ਉਹਨਾਂ ਨੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜੋਬ ਕੀਤੀ ਇਹ ਕੁਛ ਅਸੀਂ ਅੱਜ ਜਾਣਨਾ ਚਾਹ ਰਹੇ ਹਾਂ ਜਸਪਾਲ ਸਿੰਘ ਜੀ ਦੇ ਕੋਲੋਂ ਜੋ ਕਿ ਸਾਡੇ ਕੋਲ ਆਏ ਨੇ ਜਸਪਾਲ ਸਿੰਘ ਜੀ ਹਾਂਜੀ ਪੁਲਿਸ ਫੋਰਸ ਦੇ ਵਿੱਚ ਹੁੰਦੇ ਹੋਏ ਤੁਸੀਂ ਮਤਲਬ ਜਿਹੜਾ ਇਹ ਆਪਣਾ ਤੁਹਾਡਾ ਬਾਣਾ ਹੈ ਤੁਸੀਂ ਸਿੱਖੀ ਵਾਲਾ ਰੱਖਿਆ ਇਹਦੇ ਬਾਰੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਵੀ ਦਿੰਦੀ ਹਾਂ ਕਿਉਂਕਿ ਇਹ ਸੌਖਾ ਨਹੀਂ ਕਿ ਇਹਦੇ ਵਾਸਤੇ ਕੋਈ ਤੁਹਾਨੂੰ ਪ੍ਰੋਬਲਮ ਆਈ ਜਾਂ ਪੋਜ਼ਿਟਿਵ ਇਹਦੇ ਬਾਰੇ ਕਮੈਂਟ ਮਿਲੇ ਤੁਹਾਡੇ ਲੁੱਕ ਬਾਰੇ ਅੱਛਾ ਜੀ ਅਸੀਂ ਜਦੋਂ 93 'ਚ ਕੰਮ ਸ਼ੁਰੂ ਕੀਤਾ ਸੀਗਾ ਉਦੋਂ 2 ਸਾਲ ਸਾਨੂੰ ਜਿਹੜੇ ਸਾਡੇ ਟੀਮ ਦੇ ਮੈਂਬਰ ਸੀਗੇ ਬਹੁਤ ਘੱਟ ਬੁਲਾਉਂਦੇ ਸੀਗੇ ਅੱਛਾ ਕਿਉਂਕਿ ਉਹਨਾਂ ਨੂੰ ਮਿਸਟਰਸਟ ਹੁੰਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਬੰਦਾ ਕੌਣ ਆ ਉਦੋਂ ਇੱਕ ਕਾਲਾ ਮਰਿਆ ਸੀਗਾ ਸਟੀਵਨ ਲਾਰੈਂਸ ਤਾਂ ਉਹਦੀ ਬਹੁਤ ਵੱਡੀ ਇਨਕੁਆਇਰੀ ਹੋਈ ਸੀਗੀ ਤਾਂ ਪੁਲਿਸ ਦੇ ਉੱਤੇ ਇਹ ਇਲਜ਼ਾਮ ਲਾਇਆ ਗਿਆ ਸੀਗਾ ਕਿ ਇਹ ਰੇਸਿਸਟ ਆ ਸੋ ਇਸ ਕਰਕੇ ਉਦੋਂ ਹੀ ਮੈਂ ਜੁਆਇਨ ਕੀਤਾ ਪੁਲਿਸ ਸਰ ਲੋਕਾਂ ਨੂੰ ਡਰ ਸੀਗਾ ਕੋਲੀਗਸ ਨੂੰ ਡਰ ਸੀਗਾ ਵੀ ਪਤਾ ਨਹੀਂ ਵੀ ਇਹ ਸਾਡੀ ਕੋਈ ਵੀ ਗੱਲ ਕੋਈ ਵੀ ਜੋਕ ਰੋਂਗ ਵੇ ਲੈ ਕੇ ਸਾਡੀ ਰਿਪੋਰਟ ਨਾ ਕਰ ਦੇਵੇ ਤਾਂ ਸਾਡੀ ਨੌਕਰੀ ਨਾ ਜਾਂਦੀ ਯਾਨੀ ਉਹ ਕੰਫਰਟੇਬਲ ਨਹੀਂ ਫੀਲ ਕਰਦੇ ਹਾਂਜੀ ਹਾਂਜੀ ਤਾਂ 2 ਸਾਲ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਕੰਮ ਕਰਦਾ ਇਹ ਕੋਈ ਹੱਸਦਾ ਖੇਡਦਾ ਨਾਲੇ ਕੰਮ ਵੀ ਕਰਦਾ ਸਾਰਾ ਕੁਛ ਤਾਂ ਉਹ ਫਿਰ ਹੌਲੀ ਹੌਲੀ ਫਿਰ ਉਹਨਾਂ ਦਾ ਐਟੀਟਿਊਡ ਚੇਂਜ ਹੋਏ ਸੀਗੇ ਹਾਂਜੀ ਜੀ ਪਰ ਟਾਈਮ ਲੱਗਾ ਪਰ ਤੁਹਾਨੂੰ ਥੋੜ੍ਹਾ ਚਿਰ ਪਹਿਲਾਂ ਮਤਲਬ ਉਹਨਾਂ ਨੇ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਜਸਟ ਬਿਕੋਜ਼ ਆਫ ਯੋਰ ਲੁੱਕ ਹਾਂਜੀ ਜਦੋਂ ਕੈਂਟੀਨ 'ਚ ਤੁਸੀਂ ਜਾਂਦੇ ਆ ਜਿੱਦਾਂ 50 ਬੰਦੇ ਬੈਠੇ ਆ ਤਾਂ ਹੱਸਦੇ ਖੇਡਦੇ ਆ ਤਾਂ ਤੁਸੀਂ ਅੰਦਰ ਗਏ ਤਾਂ ਕੁਆਇਟ ਹੋ ਗਿਆ ਸੋ ਇੱਦਾਂ ਕਈ ਐਕਸਪੀਰੀਅੰਸਿਸ ਹੋਏ ਪਰ ਕਈ ਸਾਲਾਂ ਬਾਅਦ ਉਹ ਫਿਰ ਉਹ ਜੋ ਐਕਸਪੀਰੀਅੰਸਿਸ ਸੀਗੇ ਫਿਰ ਕੋਈ ਪ੍ਰੋਬਲਮ ਨਹੀਂ ਸੀਗੀ ਫਿਰ ਟੀਮ ਮੈਂਬਰ ਬਣ ਗਏ ਸੀਗੇ ਇੰਨਾ ਟੀਮ ਮੈਂਬਰ ਬਣ ਗਏ ਕਿ
ਜੇ ਲੋਕੀ ਦੇਖਣ ਵੀ ਤਾਂ ਉਹ ਆਪ ਮੋਰੇ ਹੋ ਕੇ ਕਹਿੰਦੇ ਸੀ ਵੀ ਤੂੰ ਦੇਖਦਾ ਕੀ ਆ, ਵੀ ਸਹਿੰਗਿਆ ਕਦੀ ਦੇਖਿਆ ਨਹੀਂ, ਸੋ ਇਸ ਕਰਕੇ ਸਭ ਜ਼ਿਆਦਾ ਪ੍ਰੋਟੈਕਟਿਵ ਬੋ ਹੋ ਗਏ ਸੀਗੇ। ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਕੋਈ ਗੱਲ ਨਹੀਂ ਵੀ ਤੁਸੀਂ ਰਿਲੈਕਸ ਹੋ ਪੇ, ਦੇਖਦੇ ਆ ਹੈ ਨਾ, ਕਿਉਂਕਿ ਪੱਗ ਬੰਨੀ ਆ ਤਾਂ ਲੋਕੀ ਕਈ ਵਾਰੀ ਦੇਖ, ਪੱਗ ਵਾਲੇ ਦੀ ਜਿਹੜੀ ਪਹਿਚਾਣ ਹੁੰਦੀ ਆ ਉਹ ਮਤਲਬ ਇੱਕ ਭੀੜ ਦੇ ਵਿੱਚੋਂ ਅਲੱਗ ਹੁੰਦੀ ਹੈ। ਹਾਊ ਡੂ ਯੂ ਫੀਲ ਅਬਾਊਟ ਯੋਰ ਲੁੱਕ? ਉਹ ਤਾਂ ਆਪਣੇ ਗੁਰੂ ਦੀ ਲੁੱਕ ਆ, ਜਿੱਦਾਂ ਅਸੀਂ ਤਾਂ ਹਮ ਜਿੱਦਾਂ ਸਾਡਾ ਗੁਰੂ ਲੁੱਕ ਕਰਦਾ ਅਸੀਂ ਉਹੀ ਪਸੰਦ ਕਰਦੇ ਹਾਂ, ਤਾਂ ਵੀ ਵੈਰੀ ਪ੍ਰਾਊਡ। ਤਾਂ ਜੋ ਹੈਗਾ ਆ ਓਪਰਚੁਨਿਟੀਜ਼ ਵੀ ਪੁਲਿਸ ਦੇ ਵਿੱਚ ਬਹੁਤ ਓਪਰਚੁਨਿਟੀਜ਼ ਮਿਲੇ, ਤਾਂ ਟ੍ਰੇਨਿੰਗ ਡਿਪਾਰਟਮੈਂਟ 'ਚ ਵੀ ਹੋਰ ਕਈ ਡਿਪਾਰਟਮੈਂਟਾਂ 'ਚ ਉਹ ਕਹਿੰਦੇ ਸੀਗੇ ਵੀ ਤੁਸੀਂ ਆਓ, ਪਰ ਸਾਡਾ ਇਹ ਸੀਗਾ ਕਿ ਅਸੀਂ ਡਿਟੈਕਟਿਵ ਬਣਨਾ, ਡਿਟੈਕਟਿਵ ਦੇ ਵਿੱਚ ਟ੍ਰੇਨਿੰਗ ਕਰਨੀ ਆ। ਤਾਂ ਹਾਂਜੀ, ਜਿਹੜੀ ਤੁਹਾਡੀ ਡਿਟੈਕਟਿਵ ਦੀ ਜੋਬ ਹੈ ਇਹਦੇ ਵਿੱਚ ਤੁਹਾਨੂੰ ਖਾਸ ਕਰਕੇ UK ਦੇ ਜਿਹੜੀ ਯੂਥ ਹੈਗੀ ਆ ਉਹਦੇ ਨਾਲ ਉਹਨੂੰ ਮਤਲਬ ਇੱਕ ਬੜਾ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ, ਕਿਉਂਕਿ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਸਾਹਮਣੇ ਕਈ ਚੀਜ਼ਾਂ ਨਹੀਂ ਆਉਂਦੀਆਂ, ਪਰ ਜਿਹੜੀ ਜੋਬ ਤੁਸੀਂ ਕਰ ਰਹੇ ਹੋ ਤੁਹਾਨੂੰ ਬਰੀਕੀ ਨਾਲ ਹਰ ਕੁਛ ਦੇਖਣ ਦਾ ਮੌਕਾ ਮਿਲ ਰਿਹਾ ਹੈਗਾ। ਅਤੇ UK ਦੀ ਜਿਹੜੀ ਯੂਥ ਹੈ, ਖਾਸ ਕਰਕੇ ਮੈਂ ਏਸ਼ੀਅਨ ਅਤੇ ਫਿਰ ਪੰਜਾਬੀ ਲੋਕਾਂ ਦੀ ਗੱਲ ਕਰਾਂਗੀ, ਇਹ ਕਿੱਥੇ ਕੁ ਖੜ੍ਹੇ ਹੈਗੇ ਆ? ਮਤਲਬ ਯੂਥ ਅੱਛੇ ਪਾਸੇ ਹੈ ਜਾਂ ਬੁਰੇ ਪਾਸੇ ਚੱਲ ਰਹੀ ਹੈ, ਕਿ ਕਿਸ ਤਰ੍ਹਾਂ ਦਾ ਮਾਹੌਲ ਹੈ? ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਗੋਰੇ ਕਾਲੇ ਜਾਂ ਆਪਣੇ ਯੂਥ, ਇਹ ਸਾਰੇ ਯੂਨੋ ਟ੍ਰਬਲ ਮੇਕਰ ਤਾਂ ਹਰੇਕ ਧਰਮ ਦੇ ਵਿੱਚ, ਹਰੇਕ ਕਲਚਰ ਦੇ ਵਿੱਚ ਹੈਗੇ ਆ। ਵੀ ਇਹ ਨਹੀਂ ਵੀ ਆਪਣੇ ਜ਼ਿਆਦੇ ਆ ਜਾਂ ਗੋਰਿਆਂ ਦੇ ਜ਼ਿਆਦੇ ਆ ਜਾਂ ਕਾਲਿਆਂ ਦੇ ਜ਼ਿਆਦੇ ਆ, ਹੈ ਨਾ। ਤਾਂ ਇਸ ਕਰਕੇ ਪਰ ਕੰਮ ਅਸੀਂ ਉਹ ਜਗ੍ਹਾ 'ਚ ਜ਼ਿਆਦਾ ਕੀਤਾ ਸੀਗਾ, ਸੈਂਟਰਲ ਲੰਡਨ ਬ੍ਰਿਕਸਟਨ। ਹੁਣ ਅਸੀਂ 5 ਸਾਲ ਲਾ ਕੇ ਆਏ ਆ, ਤਾਂ ਪਹਿਲਾਂ ਅਸੀਂ ਵੋਨਸਵਿਫ ਗਏ ਸੀਗੇ, ਤਾਂ ਉਹ ਸੀਗੇ ਜ਼ਿਆਦਾ ਜਿੱਦਾਂ ਕਾਲੇ ਏਰੀਆ ਸੀਗੇ, ਤਾਂ ਉੱਥੇ ਜ਼ਿਆਦਾ ਜਿੱਦਾਂ ਕਾਲਿਆਂ ਦੀ ਪ੍ਰੋਬਲਮ ਸੀਗੀ, ਤਾਂ ਉਹ ਗੋਰੇ ਆਇਰਿਸ਼ ਇੱਦਾਂ, ਤਾਂ ਆਪਣੇ ਬੱਚੇ ਘੱਟ ਸੀਗੇ, ਪਰ ਉੱਥੇ ਮੁਸਲਮਾਨ ਕਾਫੀ ਸੀਗੇ, ਆਪਣੇ ਮੁਸਲਮਾਨ ਵੀਰ ਕਾਫੀ ਸੀਗੇ। ਤਾਂ ਜੋ ਸਾਡੇ, ਪਰ ਅਸੀਂ ਗੱਲ ਇਹ ਇੱਕ ਨੋਟ ਕੀਤੀ ਸੀਗੀ ਕਿ ਜਦੋਂ ਅਸੀਂ ਹੁਣ ਆਪਣੇ ਆਪ ਨੂੰ ਅਰੈਸਟ ਕਰਦੇ ਸੀਗੇ, ਉਹ ਕਹਿੰਦੇ ਸੀਗੇ ਵੀ ਜੇ ਕੱਲ੍ਹ ਨੂੰ ਵੀ ਤੁਸੀਂ ਅਰੈਸਟ ਕਰਨਾ ਤੂੰ ਕਰੀ, ਸਾਨੂੰ ਅਰੈਸਟ ਹੋਰ ਨਾ ਕਰੇ, ਯਾਨੀ ਆਪਣੇ ਕਹਿੰਦੇ ਸੀਗੇ। ਹਾਂਜੀ, ਜਦੋਂ ਤੁਸੀਂ ਕਹਿੰਦੇ ਆਪਣੇ, ਕੀ ਆਪਾਂ ਏਸ਼ੀਅਨਸ ਦੀ ਗੱਲ ਕਰ ਰਹੇ ਹਾਂ ਜਾਂ ਸਿੱਖ ਪੰਜਾਬੀ ਲੋਕਾਂ ਦੀ ਗੱਲ ਕਰ ਰਹੇ ਹਾਂ? ਹਾਂਜੀ, ਏਸ਼ੀਅਨਸੀ, ਹਾਂਜੀ, ਜਿਹੜਾ ਪਾਕਿਸਤਾਨੀ ਪੰਜਾਬੀ ਆਪਣੇ ਇੰਡੀਅਨ, ਹਾਂਜੀ, ਯਾਨੀ ਦੇ ਫੈਲਟ ਬਿਟ ਮੋਰ ਕੰਫਰਟੇਬਲ ਵਿਦ ਯੂ? ਹਾਂਜੀ, ਯਾ ਡੈਫੀਨਿਟਲੀ ਫੈਲ ਮੋਰ ਕੰਫਰਟੇਬਲ। ਤਾਂ ਉਹ ਕਹਿੰਦੇ ਸੀਗੇ ਵੀ ਜੇ ਅਰੈਸਟ ਕਰਨਾ ਵੀ ਤੂੰ ਅਰੈਸਟ ਕਰੀ, ਕਿਉਂਕਿ ਅਸੀਂ ਇੰਜੋਏ ਵੀ ਕਰ ਸਕਦੇ, ਬਾਕੀ ਕੰਮ ਜੋ ਕਰਨਾ ਉਹ ਵੀ ਕਰਨਾ। ਦੱਸੋ, ਅਰੈਸਟ ਕਰਨ ਦੇ ਵਿੱਚ ਵੀ ਕੋਈ ਇੰਜੋਇਮੈਂਟ ਵਾਲੀ ਗੱਲ ਨਹੀਂ ਦੱਸੋ, ਪਰ ਚਲੋ ਖੈਰ। ਥੋੜ੍ਹਾ ਜਿਹਾ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਿੰਨੀ, ਕਿਉਂਕਿ ਤੁਹਾਡੀ ਪੰਜਾਬੀ ਕਾਫੀ ਅੱਛੀ ਹੈ, ਮੈਂ ਸੁਣ ਰਹੀ ਹਾਂ ਕਿ ਤੁਹਾਡੇ ਪੇਰੈਂਟਸ ਨੇ ਕਾਫੀ, ਇੱਕ ਤਾਂ ਦੇਖੋ ਉਹਨਾਂ ਨੇ ਤੁਹਾਨੂੰ ਸਿੱਖੀ ਵਾਲੇ ਪਾਸੇ ਲਾਇਆ, ਦੂਜਾ ਤੁਹਾਨੂੰ ਪੰਜਾਬੀ ਵੀ ਸਿਖਾਈ। ਹਾਊ ਆਫਟਨ ਡਿਡ ਯੂ ਯੂਜ਼ ਟੂ ਗੋ ਟੂ ਇੰਡੀਆ? ਕਾਫੀ ਮਤਲਬ ਰੈਗੂਲਰਲੀ ਤੁਸੀਂ ਇੰਡੀਆ ਜਾਂਦੇ ਹੁੰਦੇ ਸੀ ਬਚਪਨ ਦੇ ਵਿੱਚ ਅਤੇ ਹੁਣ, ਜਾਂ ਮਤਲਬ ਕਦੇ ਕਦੇ ਜਾਂਦੇ ਸੀ? ਹਾਂਜੀ, ਪਹਿਲੀ ਵਾਰੀ ਅਸੀਂ 2.5 ਸਾਲ ਦੇ ਸੀਗੇ ਜਦੋਂ ਇੰਡੀਆ ਗਏ ਸੀਗੇ, ਉਸ ਤੋਂ ਬਾਅਦ ਅਸੀਂ 10-12 ਸਾਲ ਜਾਂ 15 ਸਾਲ ਦੇ ਸੀਗੇ, ਪਰ ਹੁਣ ਲਾਸਟ 8 ਸਾਲਾਂ ਦੇ ਵਿੱਚ ਅਸੀਂ ਜਿੱਦਾਂ ਹਰੇਕ ਸਾਲ ਜਾਂ 1-2 ਸਾਲ ਛੱਡ ਕੇ ਜਾਂਦੇ ਹੁੰਦੇ ਸੀਗੇ। ਹਾਂਜੀ, ਜ਼ਿਆਦਾ। ਅਤੇ ਜਦੋਂ ਤੁਸੀਂ ਪੰਜਾਬ ਜਾਂਦੇ ਹੋ ਅਤੇ ਪੰਜਾਬ ਜਾ ਕੇ ਤੁਹਾਨੂੰ ਉੱਥੇ ਰਹਿਣ ਦਾ ਮੌਕਾ ਮਿਲਦਾ ਅਤੇ ਉੱਥੇ ਦੇ ਮਾਹੌਲ ਦੇਖਣ ਦਾ ਮੌਕਾ ਮਿਲਦਾ, ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਹੈਗਾ ਉੱਥੇ ਦਾ ਅਤੇ ਇੱਥੇ ਦਾ ਫਰਕ ਕਿੰਨਾ ਕੁ ਹੈਗਾ ਤੁਹਾਡੇ ਹਿਸਾਬ ਨਾਲ, ਯੂਥ ਦੇ ਵਿੱਚ ਜਾਂ ਜਿਹੜੀ ਜਨਰਲ ਲਾਈਫ ਸਟਾਈਲ ਹੈਗਾ, ਕਿੰਨਾ ਕੁ ਫਰਕ ਲੱਗਦਾ? ਲਾਈਫ ਸਟਾਈਲ ਅਸੀਂ ਇਹ ਨੋਟ ਕੀਤਾ ਵੀ ਜ਼ਿਆਦਾ 8-9 ਸਾਲਾਂ ਦੇ ਵਿੱਚ ਜਦੋਂ ਅਸੀਂ ਗਏ ਆ ਕਿ ਉੱਥੇ ਦੇ ਬੱਚੇ ਇਹ ਚਾਹੁੰਦੇ ਆ ਵੀ ਇੱਥੇ ਅੱਗ ਦੇ ਜਿੱਦਾਂ ਗੋਰੇ ਆ ਅਸੀਂ ਉੱਦਾਂ ਬਣੀਏ, ਤਾਂ ਅਸੀਂ ਹੈਗੇ ਇੱਥੇ ਰਹਿੰਦੇ ਗੋਰਿਆਂ ਦੇ ਨਾਲ, ਤਾਂ ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿੱਦਾਂ ਇੰਡੀਆ 'ਚ ਆ ਬੰਦੇ ਉਹਦਾ ਇੰਡੀਅਨ ਆਪਣੀ ਆਈਡੈਂਟੀ ਅਸੀਂ ਉਹ ਬਣੀਏ। ਸੋ ਇਹ ਬਹੁਤ ਫਰਕ ਆ। ਹਾਂਜੀ, ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੁੰਦੀ ਸਾਨੂੰ ਉਸੇ ਚੀਜ਼ ਦੀ ਤਮੰਨਾ ਹੁੰਦੀ ਹੈ। ਜਸਪਾਲ ਸਿੰਘ ਜੀ, ਤੁਹਾਡੀ ਬੈਕਗਰਾਊਂਡ ਬਾਰੇ ਅਸੀਂ ਥੋੜ੍ਹੀ ਜਾਣਕਾਰੀ ਪ੍ਰਾਪਤ ਕੀਤੀ, ਹੁਣ ਮੈਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਕੋਲੋਂ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਬੱਚਿਆਂ ਦੀ ਹੈਲਪ ਕਰਨ ਦਾ, ਇਹ ਆਈਡੀਆ ਤੁਹਾਡੇ ਦਿਲ 'ਚ ਕਿੱਥੋਂ ਆਇਆ? ਇਹ ਮਤਲਬ ਜਿਹੜਾ ਬੀਜਿਆ ਗਿਆ ਤੁਹਾਡੇ ਦਿਲ ਦੇ ਵਿੱਚ, ਇਹ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ? ਇਹ ਹੁਣ ਜਿੱਦਾਂ ਮੈਂ ਕਿਹਾ ਵੀ ਅਸੀਂ ਜਦੋਂ ਛੋਟੇ ਸੀ ਉਦੋਂ ਸਾਨੂੰ ਪਤਾ ਸੀਗਾ ਕਿ ਅਸੀਂ ਇੱਥੇ ਹੈਲਪ ਕਰਨ ਲਈ ਆਏ ਹਾਂ, ਹੈ ਨਾ। ਤਾਂ ਇਹ ਗੱਲ ਸਾਨੂੰ ਪੱਕੀ ਯਕੀਨ ਦੇ ਨਾਲ ਪਤਾ ਸੀਗਾ। ਤਾਂ ਫਿਰ ਹੌਲੀ ਹੌਲੀ ਪੁਲਿਸ ਦੇ ਵਿੱਚ ਵੀ ਅਸੀਂ ਹੈਲਪ ਲੋਕਾਂ ਦੀ ਕੀਤੀ। ਮਤਲਬ ਤੁਹਾਡੇ ਘਰ ਦੇ ਵਿੱਚ ਹੀ ਇਹ ਗੱਲ ਸੀ, ਤੁਹਾਡੇ ਬਾਬੇ ਤੋਂ ਲੈ ਕੇ ਤੁਹਾਡੇ ਪੇਰੈਂਟਸ ਤੋਂ, ਕਿ ਅਸੀਂ ਹੈਲਪ ਕਰਨੀ ਆ ਲੋਕਾਂ ਦੀ?
ਚਲੋ ਉਹ ਤਾਂ ਜਿੱਦਾਂ ਹੁੰਦਾ ਆ ਵੀ ਚੰਗੇ ਇਨਸਾਨ ਸੀਗੇ, ਕੋਈ ਕ੍ਰਿਮੀਨਲ ਨਹੀਂ ਸੀਗੇ, ਇੱਦਾਂ ਸਾਰੇ ਫੈਮਿਲੀ ਠੀਕ ਸੀਗੀ, ਗੁੱਡ ਸੀਗੀ ਇੱਦਾਂ, ਹੈ ਨਾ। ਪਰ ਕੋਈ ਸਾਡੇ ਆਊਟਸਟੈਂਡਿੰਗ ਐਗਜ਼ਾਮਪਲ ਵੀ ਨਹੀਂ ਹੈਗਾ ਵੀ ਜਿਹਨੇ। ਬਟ ਯੂ ਵਾਂਟਡ ਟੂ ਡੂ ਦੈਟ, ਯੂ ਵਾਂਟਡ ਟੂ ਹੈਲਪ ਅਦਰ ਪੀਪਲ ਰਾਈਟ ਫਰੋਮ ਦ ਬਿਗਿਨਿੰਗ। ਯੈਸ, ਓਕੇ, ਹਾਂਜੀ। ਸੋ ਯੈ, ਫਰੋਮ ਵੈਰੀ ਯੰਗ ਏਜ। ਤਾਂ ਫਿਰ ਅਸੀਂ ਉੱਦਾਂ 3-4 ਸਾਲ ਹੋ ਗਏ ਵੇਟ ਕਰਦਿਆਂ ਨੂੰ ਵੀ ਗੁਰੂ ਜੀ ਵੀ ਕੋਈ ਗੁਰੂ ਜੀ ਸਾਨੂੰ ਸੇਵਾ ਦੇਵੇ। ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਕੋਈ ਕੰਮ ਕਰੀਏ ਜਾਂ ਸੇਵਾ ਕਰੀਏ ਜਿਹ 'ਚ ਅਸੀਂ ਸੋਚਦੇ ਵੀ ਸਾਡੀ ਵੀ ਯੂ ਨੋ ਸਾਡੀ ਸਾਡੇ ਲਈ ਬੈਸਟ ਆ, ਪਰ ਅਸੀਂ ਉਹ ਕਰੀਏ ਜੋ ਗੁਰੂ ਜੀ ਚਾਹੁੰਦੇ ਆ ਜੀ। ਸੋ ਇਹ ਸਬੱਬ ਕਿਸ ਤਰ੍ਹਾਂ ਬਣਿਆ ਜਿਹੜਾ ਇਹ ਪ੍ਰੋਜੈਕਟ ਤੁਸੀਂ ਹੱਥ ਵਿੱਚ ਲਿਆ? ਮੈਂ ਇਹੀ ਪੁੱਛਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਅਤੇ ਇਹ ਗੁਰੂ ਜੀ ਨੇ ਸੇਵਾ ਤੁਹਾਨੂੰ ਕਿਸ ਤਰ੍ਹਾਂ ਦਿੱਤੀ? ਫਿਰ ਉਹ ਫਿਰ ਗੁਰੂ ਜੀ ਫਿਰ ਆਪਣੇ ਪਿਆਰਿਆਂ ਦੇ ਨਾਲ ਮਿਲਾਉਂਦਾ ਆ, ਫਿਰ ਸੇਵਾ ਮਿਲਦੀ ਆ। ਹਾਂਜੀ, ਥੋੜ੍ਹਾ ਦੱਸੋਗੇ ਕਿ? ਹਾਂਜੀ, 7-8 ਸਾਲ ਹੋ ਗਏ ਪਹਿਲਾਂ ਜਦੋਂ ਗੁਰੂ ਜੀ ਨੇ ਆਪਣੇ ਮਹਾਂਪੁਰਸ਼ਾਂ ਦੀ ਸੰਗਤ ਬਖਸ਼ੀ, ਤਾਂ ਫਿਰ ਅਸੀਂ ਹੋਰ ਚੈਰਿਟੀ ਦੇ ਬਾਰੇ ਇੰਟਰਸਟ ਸਾਡਾ ਪਿਆ, ਬੱਚਿਆਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਇੰਡੀਆ, ਤਾਂ ਉਹਨਾਂ ਨੂੰ ਜਿੱਦਾਂ ਦਿਖਾਲਦੇ ਵੀ ਆਪਾਂ ਇੱਥੇ ਵੀ ਸੋਚਦੇ ਵੀ ਸਾਡੇ ਕੋਲ ਪੋਸ਼ ਨਹੀਂ ਹੈਗੀ, ਆਹ ਨਹੀਂ ਹੈਗਾ, ਵੀ ਲਾਈਫ ਵੈਰੀ ਟੈਰੇਬਲ ਆ, ਹੈ ਨਾ। ਤਾਂ ਫਿਰ ਜਦੋਂ ਆਪਾਂ ਇੰਡੀਆ 'ਚ ਗਰੀਬੀ ਦੇਖਦੇ ਆ, ਫਿਰ ਪਤਾ ਲੱਗਦਾ ਬੰਦੇ ਨੂੰ ਵੀ ਨਹੀਂ, ਅਸੀਂ ਬਹੁਤ ਸੁਖੀ ਆ ਵੀ ਉੱਥੇ ਜੋ ਲੋਕ ਹੈਗੇ ਆ, ਕਈ ਉਹਨਾਂ ਲਈ ਉਹਨਾਂ ਦੀ ਮਦਦ ਕੌਣ ਕਰੂਗਾ, ਹੈ ਨਾ। ਸੋ ਇੱਦਾਂ ਵੀ ਹੌਲੀ ਹੌਲੀ ਸਾਡਾ ਐਕਸਪੀਰੀਅੰਸ ਹੋਇਆ 7-8 ਸਾਲਾਂ ਦੇ ਵਿੱਚ। ਤਾਂ ਫਿਰ ਪਿਛਲੇ ਸਾਲ ਅਸੀਂ 5 ਤਖਤਾਂ ਦੇ ਦਰਸ਼ਨ ਕਰਨ ਗਏ ਸੀਗੇ। ਹਾਂਜੀ, ਤਾਂ ਉਹ ਕਰਾਏ ਸੀਗੇ ਸੰਤ ਮਹਾਂਪੁਰਸ਼ ਨੇ, ਅਮਰ ਸਿੰਘ ਜੀ ਨੇ। ਸੰਤ ਮਹਾਂਪੁਰਸ਼ ਅਮਰ ਸਿੰਘ ਜੀ ਬਰੂੰਦੀ ਵਾਲੇ? ਹਾਂਜੀ ਜੀ, ਹਾਂਜੀ। ਤਾਂ ਉਹਨਾਂ ਨੇ ਦਰਸ਼ਨ ਕਰਾਏ ਸੀਗੇ, ਤਾਂ ਸਾਡੇ ਅਖੀਰਲਾ ਦਰਸ਼ਨ ਸੀਗਾ ਹਜ਼ੂਰ ਸਾਹਿਬ। ਅੱਛਾ ਜੀ। ਤਾਂ ਹਜ਼ੂਰ ਸਾਹਿਬ ਜਦੋਂ ਅਸੀਂ ਗਏ ਤਾਂ ਦਰਸ਼ਨ ਕੀਤੇ ਅਸਥਾਨ ਦੇ, ਗੁਰਦੁਆਰੇ ਦੇ, ਤਾਂ ਫਿਰ ਨਾਲ ਉੱਥੇ ਪ੍ਰੋਜੈਕਟ ਵੀ ਦੇਖਿਆ ਸੀਗਾ। ਜਦੋਂ ਪ੍ਰੋਜੈਕਟ ਦੇਖਿਆ ਸੀਗਾ ਉਦੋਂ ਸਾਨੂੰ ਮਨ 'ਚ ਬਹੁਤ ਲੱਗਾ ਵੀ ਇੱਥੇ ਹੈਲਪ ਚਾਹੀਦੀ ਆ। ਇਹ ਜਿਹੜਾ ਪ੍ਰੋਜੈਕਟ ਤੁਸੀਂ ਦੇਖਿਆ ਉਹ ਕਿਸ ਤਰ੍ਹਾਂ ਤੁਸੀਂ ਦੇਖਿਆ, ਉਹਦੇ ਬਾਰੇ ਵੀ ਥੋੜ੍ਹਾ ਦੱਸੋ ਸਾਨੂੰ। ਹਾਂਜੀ ਜ਼ਰੂਰ। ਉਹ 6 ਏਕਰ ਦੀ ਸਾਈਟ ਆ, ਤਾਂ ਉੱਥੇ ਇੱਕ ਬਿਲਡਿੰਗ ਬਣੀ ਆ, ਤਾਂ ਜਿਹਦਾ ਕੰਧਾਂ ਪੇਂਟ ਨਹੀਂ ਸੀ ਹੋਈ ਆ, ਪਲਾਸਟਰ ਨਹੀਂ ਸੀ ਹੋਏ, ਬੱਚੇ ਉੱਦਾਂ ਹਨੇਰੇ 'ਚ ਬੈਠੇ ਸੀਗੇ ਉੱਥੇ, ਤਾਂ ਫਰਨੀਚਰ ਪ੍ਰੋਪਰ ਨਹੀਂ ਸੀਗਾ, ਹੋਰ ਟੀਚਿੰਗ ਐਡਸ ਨਹੀਂ ਸੀਗੇ। ਸੋ ਇਹ ਇਹ ਦੇਖ ਕੇ ਸਾਡਾ ਮਨ ਬਹੁਤ ਕੀਤਾ ਵੀ ਅਸੀਂ ਇੱਥੇ ਵੀ ਹੈਲਪ ਕਰੀਏ। ਤਾਂ ਫਿਰ ਅਸੀਂ 1 ਹਫ਼ਤਾ ਉੱਥੇ ਲਾ ਕੇ ਵਾਪਸ ਦਿੱਲੀ ਆ ਗਏ ਸੀਗੇ ਜੀ। ਤਾਂ ਫਿਰ ਉਹ ਮਹਾਂਪੁਰਸ਼ਾਂ ਨੇ ਕਿਹਾ ਵੀ ਤੁਹਾਡੀ ਯਾਤਰਾ ਜੋ ਤੁਸੀਂ ਦੇਖਣਾ ਸੀਗਾ ਪੂਰੀ ਆ, ਹੁਣ ਬੱਚਿਆਂ ਨੂੰ ਲੈ ਕੇ ਤੁਸੀਂ ਵੀ ਜੋ ਹੋਰ ਹੋਲੀਡੇ ਮਨਾਉਂਦੇ ਆ 2 ਵੀਕ ਹਲੇ ਰਹਿੰਦੀਆਂ ਵੀ ਤੁਸੀਂ ਕਰ ਸਕਦੇ ਆ ਜੀ। ਤਾਂ ਅਸੀਂ ਫਿਰ ਬੱਚਿਆਂ ਨੂੰ ਪੁੱਛਿਆ, ਮੇਰੇ 2 ਬੱਚੀਆਂ, 1 21 ਸਾਲ ਦੀ 1 20 ਸਾਲ ਦੀ ਆ, ਬੇਟੀਆਂ ਨੇ? ਹਾਂਜੀ ਬੇਟੀਆਂ। ਹਾਂਜੀ, ਅੱਛਾ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਕਿੱਥੇ ਚਾਹੁੰਦੇ ਹੋ ਜਾਈਏ? ਹੁਣ 2 ਹਫ਼ਤੇ ਹੈਗੇ, ਆਪਾਂ ਗੋਆ ਜਾ ਸਕਦੇ ਹਾਂ, ਦੁਬਈ ਜਾ ਸਕਦੇ, ਜਿੱਥੇ ਮਰਜ਼ੀ ਜਾ ਸਕਦੇ ਹਾਂ, ਕਿਉਂਕਿ ਪਹਿਲੀ ਗੱਲ ਤਾਂ ਟਾਈਮ ਨਹੀਂ ਇਸ ਮੁਲਕ 'ਚ ਮਿਲਦਾ ਜੋਬ ਤੋਂ, ਤਾਂ ਹੁਣ ਆਪਾਂ ਕੋਲ ਟਾਈਮ ਆ, ਹੁਣ ਦੱਸੋ ਕਿੱਥੇ ਜਾਣਾ। ਅੱਛਾ। ਤਾਂ ਉਹਨਾਂ ਨੇ ਆਪ ਕਿਹਾ, ਉਹ ਕਹਿੰਦੇ ਵੀ ਨਹੀਂ, ਅਸੀਂ ਉਹ ਸਕੂਲ ਜੋ ਆਪਾਂ 4-5 ਹਜ਼ਾਰ ਜਾਂ ਜੋ ਵੀ ਪੈਸਾ ਲਾਉਣਾ ਆਪਾਂ ਹੋਲੀਡੇ ਦੁਬਈ ਗਏ, ਅਸੀਂ ਉਹ ਸਕੂਲ 'ਤੇ ਲਾਉਣਾ। ਅੱਛਾ, ਦੇਖੋ ਤੁਹਾਡੀਆਂ ਬੇਟੀਆਂ ਜਿਹੜੀਆਂ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਉਹਨਾਂ ਦਾ ਕਾਇੰਡ ਹਾਰਟਡ ਨੇ ਹੈ। ਉਹ ਬੱਚਿਆਂ ਦਾ ਤਾਂ ਹੁੰਦਾ, ਬੰਦੇ ਤਾਂ ਇੱਦਾਂ ਹੀ ਹੁੰਦੇ ਆ ਨਾ, ਥੋੜ੍ਹਾ ਕੁ ਪੱਥਰ ਦਿਲ ਹੁੰਦੇ ਆ। ਲੈ ਜੀ। ਅੱਛਾ, ਫਿਰ ਬੇਟੀਆਂ ਨੇ ਕਿਹਾ ਅਤੇ ਫਿਰ ਤੁਸੀਂ 2 ਹਫ਼ਤੇ ਉੱਥੇ ਲਗਾਏ? ਹਾਂਜੀ, ਫਿਰ ਬੱਚੇ ਨੇ ਕਿਹਾ ਵੀ ਅਸੀਂ ਉੱਥੇ ਜਾਣਾ, ਤਾਂ ਅਸੀਂ ਫਿਰ ਦਿੱਲੀ ਜੋ ਸਮਾਨ ਸੀਗਾ ਫਰਨੀਚਰ ਸੀਗਾ, ਫਿਰ ਮੈਂ ਬੱਚਿਆਂ ਨੂੰ ਕਿਹਾ ਤੁਸੀਂ ਆਪ ਸਿਲੈਕਟ ਕਰੋ, ਜੋ ਵੀ ਹੈਗਾ ਸਮਾਨ ਆਪ ਸਿਲੈਕਟ ਕਰੋ। ਯਾਨੀ ਉਹ ਸਕੂਲ ਦੀ ਬਿਲਡਿੰਗ ਸੀਗੀ ਜਾਂ ਉਹ ਕਾਹਦੀ ਬਿਲਡਿੰਗ ਸੀ ਜਿਹਦੇ ਵਿੱਚ ਬੱਚਿਆਂ ਕੋਲ ਸਮਾਨ ਨਹੀਂ ਸੀਗਾ? ਹਾਂਜੀ, ਸਕੂਲ ਦੀ ਬਿਲਡਿੰਗ, ਸਕੂਲ ਦੀ ਬਿਲਡਿੰਗ ਸੀ। ਹਾਂਜੀ, 13-14 ਕਲਾਸਰੂਮ ਬਣੇ ਆ, ਤਾਂ ਪਰ ਉਹ ਫਿਰ ਵਿੰਡੋ ਨਹੀਂ ਸੀ ਲੱਗੇ, ਤਾਂ ਅਸੀਂ ਫਿਰ ਜਾ ਕੇ ਵਾਪਸ ਜਾ ਕੇ ਫਿਰ ਵਿੰਡੋ ਲਗਾਏ, ਪਲਾਸਟਰਿੰਗ ਕਰਵਾਈ, ਪੇਂਟਿੰਗ ਕਰਵਾਈ, ਹੋਰ ਬਾਕੀ ਜਿੱਦਾਂ। ਇਹ ਹੈਗਾ ਹਜ਼ੂਰ ਸਾਹਿਬ ਦੇ ਨਜ਼ਦੀਕ ਹੈ ਇਹ? ਹਾਂਜੀ, 5 ਮਿੰਟ ਹਜ਼ੂਰ ਸਾਹਿਬ ਤੋਂ ਆ, ਨੰਦੀਗ੍ਰਾਮ ਸੁਸਾਇਟੀ ਆ ਉੱਥੇ, ਗਰੀਬ ਨਿਵਾਜ ਸਕੂਲ। ਹਾਂਜੀ। ਅੱਛਾ, ਅਤੇ ਉਹਦੇ ਵਿੱਚ ਤੁਸੀਂ ਫਿਰ 2 ਹਫ਼ਤੇ ਕੰਮ ਕੀਤਾ? ਹਾਂਜੀ, ਠੀਕ ਹੈ। ਅਤੇ ਅਜੇ ਉਹਦੇ ਵਿੱਚ ਕਾਫ਼ੀ ਕੁਛ ਹੋਰ ਕਰਨ ਵਾਲਾ ਹੈਗਾ? ਹਾਂਜੀ, ਉਹ ਪ੍ਰੋਜੈਕਟ ਬਹੁਤ ਵੱਡਾ ਆ, ਤਾਂ ਉਹ ਪ੍ਰੋਜੈਕਟ ਜਿੱਦਾਂ ਹੁਣ 1 ਫਲੋਰ ਬਣੀ ਆ, ਉੱਥੇ 2 ਫਲੋਰ ਹੋਰ ਬਣਨੇ ਆ, ਫਿਰ 1 ਬਿਲਡਿੰਗ ਕੰਪਲੀਟ ਹੋਊਗੀ, ਫਿਰ 3 ਬਿਲਡਿੰਗਾਂ ਹੋਰ ਬਣਾਉਣੀਆਂ 3 ਸਟੋਰੀਜ਼ ਜੀ। ਤਾਂ ਉਹ ਜਦੋਂ ਬਣ ਗਿਆ ਫਿਰ ਅਕੋਮੋਡੇਸ਼ਨ ਬਲੋਕ ਵੀ ਬਣਨੇ ਆ ਜੀ ਜੀ, ਤਾਂ ਜਿਹੜੇ ਬੱਚੇ ਬਹੁਤ ਜ਼ਿਆਦਾ ਗਰੀਬ ਜਿਹੜੇ ਲੋਕ ਦੂਰ ਰਹਿੰਦੇ ਆ ਉਹ ਫਿਰ ਉੱਥੇ
ਹੋਸਟਲ ਅਸੀਂ ਬਣਾਉਣਾ ਜੀ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੀ ਜਾਵਾਂ ਕਿ ਅੱਜ ਸਾਡੇ ਕੋਲ ਡਿਟੈਕਟਿਵ ਸਰਜੈਂਟ ਜਸਪਾਲ ਸਿੰਘ ਜੀ ਆਏ ਹੋਏ ਨੇ ਔਰ ਇਹਨਾਂ ਦੇ ਬਾਰੇ ਬਾਕੀ ਚੈਨਲਾਂ ਵਾਲਿਆਂ ਨੇ ਵੀ ਬਹੁਤ ਗੱਲਾਂ ਕੀਤੀਆਂ, ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆਈ ਕਿ ਇਹ ਆਪਣੀ ਜੋਬ ਛੱਡ ਕੇ ਇੰਡੀਆ ਜਾ ਰਹੇ ਨੇ, ਉੱਥੇ ਦੇ ਜਿਹੜੇ ਬੱਚੇ ਬਹੁਤ ਜਿਹੜੇ ਗਰੀਬ ਨੇ, ਸਲੰਮਸ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਹੈਲਪ ਕਰਨ ਵਾਸਤੇ, ਉਹਨਾਂ ਨੂੰ ਐਜੂਕੇਸ਼ਨ ਦੇਣ ਵਾਸਤੇ ਇਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ। ਅਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਅਜੇ ਪ੍ਰੋਗਰਾਮ ਦੇ ਵਿੱਚ ਅੱਧਾ ਹਿੱਸਾ ਜਿਹੜਾ ਪ੍ਰੋਗਰਾਮ ਦਾ ਬਾਕੀ ਹੈ ਅਤੇ ਤੁਸੀਂ ਕਿਤੇ ਵੀ ਜਾਣਾ ਨਹੀਂ, ਅਸੀਂ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07707484906 ਤੇ। ਪੰਜਾਬੀ ਵਿਰਸਾ ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਰੂਪਦਵਿੰਦਰ ਕੌਰ ਦੇ ਵੱਲੋਂ। ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਡਿਟੈਕਟਿਵ ਸਰਜੈਂਟ ਜਸਪਾਲ ਸਿੰਘ ਜੀ ਦੇ ਨਾਲ, ਜੋ ਕਿ ਆਪਣੀ ਜੋਬ ਛੱਡ ਕੇ 3 ਸਾਲਾਂ ਵਾਸਤੇ ਇੰਡੀਆ ਜਾ ਰਹੇ ਨੇ ਔਰ ਇੰਡੀਆ ਜਾ ਕੇ ਉਹਨਾਂ ਬੱਚਿਆਂ ਦੀ ਹੈਲਪ ਕਰਨਗੇ, ਉਹਨਾਂ ਦੀ ਮਦਦ ਕਰਨਗੇ ਜਿਹੜੇ ਬੱਚੇ ਸਲੰਮਸ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਰਹਿਣ ਵਾਸਤੇ ਅੱਛਾ ਘਰ ਹੈ, ਨਾ ਉਹਨਾਂ ਕੋਲ ਪਾਉਣ ਨੂੰ ਕੱਪੜੇ ਨੇ ਔਰ ਨਾ ਉਹਨਾਂ ਦੇ ਕੋਲ ਐਜੂਕੇਸ਼ਨ ਹੈ। ਇੱਕ ਬੱਚੇ ਨੂੰ ਜਦੋਂ ਅਸੀਂ ਐਜੂਕੇਸ਼ਨ ਦਾ ਗਿਫਟ ਦੇ ਦਿੰਦੇ ਹਾਂ, ਉਹ ਇੱਕ ਐਸਾ ਗਿਫਟ ਹੁੰਦਾ ਕਿ ਉਹਦੇ ਨਾਲ ਸਿਰਫ ਬੱਚਾ ਆਪਣਾ ਹੀ ਨਹੀਂ ਸਵਾਰਦਾ, ਉਸ ਦੇ ਨਾਲ ਨਾਲ ਉਹਦੇ ਘਰ ਪਰਿਵਾਰ ਵੀ ਜਿਹੜਾ ਉਹ ਵੀ ਸਵਾਰ ਹੋ ਜਾਂਦਾ। ਜਿਹੜੀ ਐਜੂਕੇਸ਼ਨ ਹੈ ਉਹ ਕਿੰਨੀ ਇੰਪੋਰਟੈਂਟ ਹੈ ਅਸੀਂ ਸਭ ਜਾਣਦੇ ਹਾਂ, ਅਤੇ ਇੰਡੀਆ ਦੇ ਵਿੱਚ ਜੇ ਕਿਸੇ ਚੀਜ਼ ਦੀ ਘਾਟ ਹੈ ਤਾਂ ਮੇਰੇ ਖਿਆਲ ਦੇ ਵਿੱਚ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਉੱਥੇ ਐਜੂਕੇਸ਼ਨ ਦੀ ਘਾਟ ਹੈਗੀ ਹੈ। ਅਤੇ ਇਹ ਜਿਹੜਾ ਗਿਫਟ ਹੈ ਇਹ ਦੇਣਾ ਚਾਹੁੰਦੇ ਨੇ ਜਸਪਾਲ ਸਿੰਘ ਜੀ ਉਹਨਾਂ ਬੱਚਿਆਂ ਨੂੰ। ਅਤੇ ਆਓ ਅਸੀਂ ਇੱਕ ਵਾਰ ਫਿਰ ਇਹਨਾਂ ਦਾ ਸਵਾਗਤ ਕਰੀਏ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਪਾਲ ਸਿੰਘ ਜੀ, ਤੁਸੀਂ ਆਪਣੇ ਪ੍ਰੋਜੈਕਟ ਦੇ ਬਾਰੇ ਸਾਨੂੰ ਦੱਸ ਰਹੇ ਸੀਗੇ ਕਿਸ ਤਰ੍ਹਾਂ ਤੁਹਾਡੇ ਸੰਤਾਂ ਦੇ ਨਾਲ ਮੇਲ ਹੋਏ, ਹਜ਼ੂਰ ਸਾਹਿਬ ਤੁਸੀਂ ਗਏ ਉੱਥੇ, ਤੁਸੀਂ ਉਹ ਪ੍ਰੋਜੈਕਟ ਦੇਖਿਆ ਅਤੇ ਕਿਵੇਂ ਤੁਹਾਡੀਆਂ ਬੱਚੀਆਂ ਨੇ ਤੁਹਾਨੂੰ ਕਿਹਾ ਕਿ 2 ਹਫ਼ਤੇ ਅਸੀਂ ਕਿਤੇ ਹੋਰ ਛੁੱਟੀਆਂ ਨਹੀਂ ਕੱਟਣੀਆਂ, ਅਸੀਂ ਇਸ ਪ੍ਰੋਜੈਕਟ 'ਚ ਹੈਲਪ ਕਰਨੀ ਹੈ। ਸੋ ਥੋੜ੍ਹਾ ਜਿਹਾ ਸਾਨੂੰ ਹੋਰ ਇਹਦੇ ਬਾਰੇ ਅਲੈਬੋਰੇਟ ਕਰੋ ਕਿ ਇਹ ਪ੍ਰੋਜੈਕਟ ਤੁਹਾਡੇ ਜਿੰਮੇ ਕਿਸ ਤਰ੍ਹਾਂ ਲੱਗਾ। ਹਾਂਜੀ, ਫਿਰ ਅਸੀਂ ਬਹੁਤ ਇੰਟਰਸਟ ਲਿਆ ਤਾਂ ਕੋਸ਼ਿਸ਼ ਕੀਤੀ ਕਿ ਹੈਲਪ ਕਰਨੀ ਪ੍ਰੋਜੈਕਟ ਦੀ। ਤਾਂ ਅਸੀਂ ਦੂਜੀ ਵਾਰੀ ਜਦੋਂ ਅਸੀਂ ਹਜ਼ੂਰ ਸਾਹਿਬ ਗਏ ਸੀਗੇ, ਉਦੋਂ ਮਹਾਂਪੁਰਸ਼ ਉਦੋਂ ਆਸਟ੍ਰੇਲੀਆ 'ਚ ਸੀਗੇ, ਤਾਂ ਉਹਨਾਂ ਨੇ ਫੋਨ ਕੀਤਾ ਜਦੋਂ ਅਸੀਂ ਏਅਰਪੋਰਟ 'ਤੇ ਲੈਂਡ ਹੋਏ ਸੀਗੇ, ਤਾਂ ਉਹ ਕਹਿੰਦੇ ਸੀਗੇ ਵੀ ਮੇਰੇ ਖਿਆਲ ਦੇ ਵਿੱਚ ਹੁਣ ਗੁਰੂ ਜੀ ਨੇ ਕਿਰਪਾ ਕਰਤੀ ਵੀ ਤੁਸੀਂ ਇਹ ਪ੍ਰੋਜੈਕਟ ਸੰਭਾਲੋ। ਅੱਛਾ, ਸੋ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਹੀ ਉਹਨਾਂ ਨੇ ਇਹ ਡਿਊਟੀ ਕਿਉਂ ਲਗਾਈ, ਕਿਉਂਕਿ ਹੋਰ ਵੀ ਤਾਂ ਬਹੁਤ ਸਾਰੇ ਲੋਕ ਜਾਂਦੇ ਨੇ ਉੱਥੇ ਜਿਹੜੇ ਦਾਨ ਪੁੰਨ ਕਰਦੇ ਨੇ। ਹਾਂਜੀ, ਸਕੂਲ ਬਣੇ ਨੂੰ 8 ਸਾਲ ਹੋ ਗਏ, ਤਾਂ ਗੱਲ ਸਹੀ ਆ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀਗਾ ਕਿ ਉਹਨਾਂ ਨੇ ਵੀ ਜਿਹੜਾ ਪੁਲਿਸ ਦਾ ਮਾਇੰਡ ਆ ਉਹ ਲਾਈਕ ਕਰਦੇ ਆ, ਕਿਉਂਕਿ ਜਦੋਂ ਮੋਹਰੇ ਦੀਵਾਰ ਆਉਂਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਸੋਚ ਕੇ ਉਹਦੇ ਦੁਆਲੇ ਲੰਘਣਾ। ਯਾਨੀ ਤੁਹਾਨੂੰ ਉਹਨਾਂ ਨੇ ਤਾਂ ਸਿਲੈਕਟ ਕੀਤਾ ਬਿਕੋਜ਼ ਹੀ ਥਿੰਕਸ ਯੂ ਕੈਨ ਫਾਈਂਡ ਅ ਵੇ। You can find a way to, so where there is a will there is always a way and you can find that way. ਹਾਂਜੀ, ਕਿਉਂਕਿ ਸਾਡੇ ਕੰਮ ਦੇ ਵਿੱਚ ਹਰੇਕ ਰੁਕਾਵਟ ਹੀ ਆਉਂਦੀ ਆ। ਸਾਨੂੰ ਹੁੰਦਾ ਵੀ ਅਸੀਂ ਇਨਫੋਰਮੇਸ਼ਨ ਐਵੀਡੈਂਸ ਲੈਣਾ ਵੀ ਕਿੱਦਾਂ ਲੈਣਾ, ਉਹ ਚੈਲੰਜ ਹੋ ਜਾਂਦਾ। ਨਾਲੇ ਉਹਨਾਂ ਨੇ ਤੁਹਾਡੀ ਪੈਸ਼ਨ ਦੇਖੀ ਹੋਣੀ ਆ ਕਿ ਕਿਸ ਤਰ੍ਹਾਂ ਤੁਸੀਂ ਆਪਣੀਆਂ ਛੁੱਟੀਆਂ ਨਹੀਂ ਇੰਜੋਏ ਕੀਤੀਆਂ ਅਤੇ ਉਸ ਪ੍ਰੋਜੈਕਟ 'ਚ ਹੈਲਪ ਕੀਤੀ। ਹਾਂਜੀ, ਜ਼ਰੂਰ। ਅੱਛਾ, ਹੁਣ ਸਾਨੂੰ ਥੋੜ੍ਹਾ ਜਿਹਾ ਇਸ ਬਾਰੇ ਦੱਸੋ ਕਿ ਕਿੰਨਾ ਜਿਹੜਾ ਕੰਮ ਹੈ ਉਹ ਉੱਥੇ ਬਿਲਡਿੰਗ ਦਾ ਹੋ ਚੁੱਕਾ ਹੈ ਅਤੇ ਕਿੰਨਾ ਕੰਮ ਜਿਹੜਾ ਬਿਲਡਿੰਗ ਦਾ ਉਹ ਬਾਕੀ ਹੈ। ਹਾਂਜੀ, ਹਲੇ ਜਿੱਦਾਂ 10% ਕੰਪਲੀਟ ਹੋਇਆ ਆ ਪ੍ਰੋਜੈਕਟ, ਹਲੇ ਪ੍ਰੋਜੈਕਟ 90% ਹਲੇ ਹੋਣ ਵਾਲਾ। ਹਾਂਜੀ, ਠੀਕ ਹੈ।
ਐਕਸਕਿਊਜ਼ ਮੀ ਹਾਂਜੀ ਤੇ ਕਿੰਨਿਆਂ ਬੱਚਿਆਂ ਵਾਸਤੇ ਉਹ ਸਕੂਲ ਬਣ ਰਿਹਾ ਹੈਗਾ ਅੱਛਾ ਜੀ ਹੁਣ 250 ਬੱਚਾ ਗਰੀਬ ਭਰ ਰਿਹਾ ਉੱਥੇ 9 ਟੀਚਰ ਆ 250 ਬੱਚਾ ਭਰ ਰਿਹਾ ਤਾਂ ਦੋ ਸਕੂਲ ਆ ਇੱਕ ਹੋਰ ਸਕੂਲ ਦੇ ਵਿੱਚ ਉਹੀ ਸੇਮ ਬਿਲਡਿੰਗ ਦੇ ਵਿੱਚ 250 ਬੱਚਾ ਉੱਥੇ ਵੀ ਭਰ ਰਿਹਾ ਤਾਂ ਉਹ ਫੀਸ ਬਹੁਤ ਲੋ ਰੱਖੇ ਆ ਕਿਉਂਕਿ ਉਹ ਵੈਰੀ ਗਰੀਬ ਏਰੀਆ ਆ ਤਾਂ ਉੱਥੇ ਪੋਰ ਏਰੀਆ ਇਹ ਜਿੱਦਾਂ ਦਿੱਲੀ ਪੰਜਾਬ ਅੱਗ ਨਹੀਂ ਹੈਗਾ ਵੀ ਜਿੱਥੇ ਪੈਸਾ ਬਹੁਤ ਜ਼ਿਆਦਾ ਹਜ਼ੂਰ ਸਾਹਿਬ ਨਾਮਦੇਵ ਦੇ ਥੋੜ੍ਹਾ ਕੁ ਬੈਕਵਰਡ ਆ ਫਾਈਨੈਂਸ਼ਲੀ ਤਾਂ ਉਹ ਤਰੱਕੀ ਦੇ ਵਿੱਚ ਵੀ ਹਲੇ ਹਾਂਜੀ ਜੀ ਉੱਥੇ ਹੁਣ ਦੇਖੋ ਜਿਹੜੀ ਇੰਡੀਆ ਦੀ ਜਿਹੜੀ ਜਨਸੰਖਿਆ ਆ ਪੋਪੂਲੇਸ਼ਨ ਆ ਉਹ ਬਹੁਤ ਵੱਡੀ ਹੈ ਔਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਗਰੀਬ ਵੀ ਹੈਗੇ ਨੇ ਅਤੇ 250 ਦੇ ਬੱਚੇ ਜਿਹੜੇ ਤੁਸੀਂ ਸਕੂਲ 'ਚ ਪਾਓਗੇ ਤਾਂ ਉੱਥੇ ਤਾਂ ਬਹੁਤ ਵੱਡੇ ਸਕੂਲ ਦੀ ਜ਼ਰੂਰਤ ਹੋਏਗੀ ਕਿਉਂਕਿ ਇਹ ਤਾਂ ਬਹੁਤ ਛੋਟਾ ਨੰਬਰ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜਦੋਂ ਆਪਣਾ ਸਕੂਲ ਦਾ ਡਿਵੈਲਪਮੈਂਟ ਫੁੱਲੀ ਹੋ ਗਿਆ ਫਿਰ 2,500 ਬੱਚਾ ਆਪਾਂ ਐਡਮਿਸ਼ਨ ਕਰ ਸਕਦੇ ਹਾਂ ਜੀ ਹੋਰ ਬਾਕੀ ਜਿੱਦਾਂ ਫਿਰ ਹੋਰ ਵੀ ਗੁਰੂ ਜੀ ਫਿਰ ਦੱਸੂਗੇ ਵੀ ਕਿਹੜੇ ਪ੍ਰੋਜੈਕਟ ਯਾਨੀ ਇਹ ਜਿਹੜਾ ਸਕੂਲ ਹੈ ਇਹਨੂੰ ਤੁਸੀਂ 2,500-3,000 ਤੱਕ ਦੀ ਇਹਦੀ ਕਪੈਸਿਟੀ ਬਣਾਉਣਾ ਚਾਹੁੰਦੇ ਹੋ ਹਾਂਜੀ ਠੀਕ ਹੈ ਤਾਂ ਸਿਟੀ ਦੇ ਵਿੱਚ ਬਿਗੇਸਟ ਸਕੂਲ ਆ ਹੋਊਗਾ ਗੁਰੂ ਜੀ ਦੀ ਕਿਰਪਾ ਦੇ ਨਾਲ ਤਾਂ ਕਿਉਂਕਿ ਜਿਹੜਾ ਉਹ ਹਜ਼ੂਰ ਸਾਹਿਬ ਦਾ ਜਿਹੜਾ ਨੰਦੇੜ ਜਿਹੜਾ ਉਹ ਏਰੀਆ ਹੈਗਾ ਉਹ ਕਾਫੀ ਪੋਰ ਏਰੀਆ ਹੈ ਕਾਫੀ ਗਰੀਬੀ ਹੈਗੀ ਆ ਉੱਥੇ ਅੱਛਾ ਜੀ ਦੂਜੀ ਗੱਲ ਇਹ ਹੈਗੀ ਹੈ ਕਿ ਇਟਸ ਨੋਟ ਈਜ਼ੀ ਜਿਸ ਤਰ੍ਹਾਂ ਹੁਣ ਆਪਾਂ ਕੰਮ ਕਾਰ ਕਰਦੇ ਹਾਂ ਸਾਰੇ ਜਣੇ ਆਪਣੀਆਂ ਨੌਕਰੀਆਂ ਅਸੀਂ ਕਰਦੇ ਹਾਂ ਅਤੇ ਨੌਕਰੀ ਦੇ ਵਿੱਚੋਂ ਛੁੱਟੀ ਲੈਣੀ ਕਿ ਮੈਂ ਜੀ ਪ੍ਰੋਜੈਕਟ ਵਾਸਤੇ ਜਾਣਾ ਅਤੇ ਮੈਨੂੰ ਤੁਸੀਂ 2 ਸਾਲ 3 ਮਤਲਬ ਤੁਸੀਂ ਇਹ ਛੁੱਟੀ ਤੁਹਾਡੀ ਕਿਸ ਤਰ੍ਹਾਂ ਮਨਜ਼ੂਰ ਹੋਈ ਹਾਂਜੀ ਪੁਲਿਸ ਦੇ ਵਿੱਚ ਸਾਨੂੰ ਅਲਾਊਂਸ ਦਿੰਦੇ ਆ ਕਿ ਅਪ ਟੂ 5 ਈਅਰਸ ਤੁਸੀਂ ਲੈ ਸਕਦੇ ਅਨਪੇਡ ਲੀਵ ਅੱਛਾ ਤਾਂ ਉਹ ਜਿੱਦਾਂ ਕੋਈ ਚੈਰਿਟੀ ਹੋਵੇ ਜਾਂ ਤੁਸੀਂ ਵਰਲਡ ਦੇ ਵਿੱਚ ਟਰੈਵਲਿੰਗ ਕਰਨਾ ਹੋਵੇ ਲੈਂਗੁਏਜ ਸਿੱਖਣੀ ਹੋਵੇ ਇੱਦਾਂ ਦੇ 4-5 ਰੀਜ਼ਨ ਹੈਗੇ ਤੁਸੀਂ ਦੇ ਕੇ ਫਿਰ ਜਾ ਸਕਦੇ ਹਾਂਜੀ ਅੱਛਾ ਅਤੇ ਤੁਸੀਂ ਫਿਰ ਇਹ ਰੀਜ਼ਨ ਦਿੱਤਾ ਅਤੇ ਤੁਸੀਂ ਤੁਹਾਡੇ ਕੰਮ ਵਾਲਿਆਂ ਨੇ ਤੁਹਾਨੂੰ ਮਨਜ਼ੂਰ ਕਰ ਲਿਆ ਹਾਂਜੀ ਮੈਂ ਵਾਪਸ ਜਦੋਂ ਇੰਗਲੈਂਡ ਆਇਆ ਤਾਂ ਉਦੋਂ ਪ੍ਰੋਜੈਕਟ ਸਾਨੂੰ ਮਿਲ ਗਿਆ ਸੀਗਾ ਤਾਂ ਮੈਂ ਬਹੁਤ ਐਕਸਾਈਟਿਡ ਸੀਗਾ ਉੱਧਰੋਂ ਮੇਰਾ ਇੰਸਪੈਕਟਰ ਦਾ ਵੀ ਪ੍ਰਮੋਸ਼ਨ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਤਾਂ ਪਿਛਲੀ ਵਾਰੀ ਮੈਂ ਕੀਤਾ ਸੀਗਾ ਤਾਂ ਇੱਕ ਪੁਆਇੰਟ ਦੇ ਨਾਲ ਅਸੀਂ ਫੇਲ ਕੀਤਾ ਸੀਗਾ ਇੱਕ ਪੁਆਇੰਟ ਦੇ ਨਾਲ ਪਰ ਮੇਰਾ ਦਿਲ ਨਹੀਂ ਕੀਤਾ ਵੀ ਬਟਨ ਪ੍ਰੈਸ ਕਰਕੇ ਇਹਨੂੰ ਫੇਲ ਦੀ ਕਰੀਏ ਮੇਰਾ ਦਿਲ ਕਰਦਾ ਸੀਗਾ ਵੀ ਅਸੀਂ ਵਾਪਸ ਹਜ਼ੂਰ ਸਾਹਿਬ ਜਾ ਕੇ ਜਿੰਨੀ ਖੁਸ਼ੀ ਮੈਨੂੰ ਉੱਥੇ ਮਿਲੀ ਯਾਨੀ ਤੁਸੀਂ ਆਪਣੀ ਜੋਬ ਨੂੰ ਸੈਕਰੀਫਾਈਸ ਕਰਤਾ ਆਪਣੀ ਪ੍ਰਮੋਸ਼ਨ ਨੂੰ ਸੈਕਰੀਫਾਈਸ ਕਰ ਦਿੱਤਾ ਅਤੇ ਇੱਧਰਲੇ ਪਾਸੇ ਧਿਆਨ ਲਾ ਤਾ ਇਹ ਤਾਂ ਤੁਹਾਡੀ ਮੈਨੂੰ ਲੱਗਦਾ ਇਹ ਤਾਂ ਜ਼ਿਆਦਾ ਬਹੁਤ ਵੱਡੀ ਪ੍ਰਮੋਸ਼ਨ ਹੋ ਗਈ ਹੈ ਨਾ ਫਿਰ ਕਿ ਇਹ ਮਤਲਬ ਜਿੱਦਾਂ ਕਹਿ ਲਓ ਵੀ ਪਰਮਾਤਮਾ ਡਿਊਟੀ ਲਗਾਉਂਦਾ ਹਾਂਜੀ ਜੀ ਹਾਂਜੀ ਅਤੇ ਹੁਣ ਤੁਸੀਂ ਕਦੋਂ ਜਾ ਰਹੇ ਹੋ ਇੰਡੀਆ ਕਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹਾਂਜੀ ਹੁਣ ਅਸੀਂ ਬਸ 2 ਹਫ਼ਤਿਆਂ 'ਚ ਜਾ ਰਹੇ ਹਾਂ ਵਾਪਸ ਤਾਂ ਅਸੀਂ ਕਈ ਮਹੀਨੇ ਉੱਥੇ ਲਾ ਕੇ ਵੀ ਆਏ ਹਾਂ ਤਾਂ ਉੱਥੇ ਜੋ ਥੋੜ੍ਹਾ ਕੁ ਬੇਸ ਬਣਾਉਣ ਲਈ ਹਾਂਜੀ ਤਾਂ ਹੁਣ ਅਸੀਂ ਹੁਣ ਵਾਪਸ ਜਾਣਾ ਤਾਂ ਇੱਥੇ ਵੀ ਜਿੱਦਾਂ ਮੇਨ ਚੀਜ਼ ਹੈ ਵੀ ਸਾਨੂੰ ਇਹ ਇਸਟੈਬਲਿਸ਼ ਹੋਇਆ ਕਿ ਥੋੜ੍ਹੇ ਕੁ ਪੈਸਿਆਂ ਦੇ ਨਾਲ ਉੱਥੇ ਕਿੰਨਾ ਲਾਈਫ ਲੋਕਾਂ ਦੀ ਚੇਂਜ ਹੋ ਸਕਦੀ ਆ ਜਿੱਦਾਂ 23 ਪੈਨੀਆਂ ਇੱਥੇ ਕੁਛ ਵੀ ਨਹੀਂ ਹੈਗਾ ਤੁਸੀਂ ਚਾਹ ਦਾ ਕੱਪ ਪੀਂਦੇ ਤਾਂ 1-2 ਪਾਉਂਡ ਖਰਚ ਦਿੰਦੇ ਆ ਪਰ ਉੱਥੇ ਐਜੂਕੇਸ਼ਨ ਤੁਸੀਂ 1 ਦਿਨ ਦੀ ਬੱਚੇ ਨੂੰ ਦੇ ਸਕਦੇ ਆ ਵਾਈ 23 ਪੈਂਸ ਵੇਅਰ ਡਿਡ ਦੈਟ ਫਿਗਰ ਕਮ ਫਰੋਮ ਹਾਂਜੀ ਉਹ ਬਾਬਾ ਜੀ ਨੇ ਕਿਹਾ ਸੀਗਾ ਵੀ 23 ਪੈਨੀਆਂ ਦੇ ਨਾਲ ਉੱਥੇ ਬੱਚੇ ਦਾ ਜੋ ਐਜੂਕੇਸ਼ਨ ਹੈ ਉਹਨਾਂ ਦਾ ਲਾਈਫ ਚੇਂਜ ਹੋ ਸਕਦਾ ਤਾਂ ਪਰ ਡੇ ਹਾਂਜੀ ਹਾਂਜੀ ਤਾਂ ਅਸੀਂ ਕੱਲ੍ਹ ਕੈਲਕੂਲੇਟਰ 'ਤੇ ਦੇਖਦੇ ਸੀਗੇ ਵੀ ਸਾਲ 'ਚ ਵੀ ਕਿੰਨੇ ਬਣਦੇ ਆ ਤਾਂ 84 ਪਾਉਂਡ ਬਣਦੇ ਆ ਤਾਂ ਮੈਂ ਸੋਚਿਆ 84 ਲੱਖ ਜੂਨ ਵੀ ਹੁੰਦੀ ਆ ਹੈ ਨਾ ਤਾਂ ਇਸ ਕਰਕੇ ਵੀ ਸਾਰੇ ਪਾਸੇ ਕਿਰਪਾ ਹੀ ਆ ਜੋ ਆਪਾਂ ਜੋ ਗਰੀਬ ਦੀ ਹੈਲਪ ਕਰਦੇ ਆ ਉੱਥੇ ਗੁਰੂ ਨਾਨਕ ਦੇਵ ਜੀ ਆ ਦੇਖੋ ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ ਗੁਰਦੁਆਰੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਅਤੇ ਉੱਥੇ ਅਸੀਂ ਗੋਲਕ ਵਿੱਚ ਪੈਸੇ ਚੜ੍ਹਾਉਂਦੇ ਹਾਂ ਅਤੇ ਜਿਹੜੀ ਮੇਰੇ ਹਿਸਾਬ ਨਾਲ ਮੈਂ ਗਲਤ ਵੀ ਹੋ ਸਕਦੀ ਹਾਂ ਜਿਹੜਾ ਕਿਸੇ ਗਰੀਬ ਦੇ ਹੈਲਪ ਕਰ ਦਿੱਤੀ ਉਹ ਵੀ ਗੋਲਕ ਦੇ ਵਿੱਚ ਪਾਉਣ ਦੀ ਉਹ ਵੀ ਬਾਬੇ ਦੇ ਅੱਗੇ ਮੱਥਾ ਟੇਕਣ ਵਾਲੀ ਗੱਲ ਹੀ ਹੋ ਗਈ ਜੇ ਅਸੀਂ ਕਿਸੇ ਗਰੀਬ ਨੂੰ ਕੋਈ ਉਹਦੇ ਕੋਲ ਕੱਪੜਾ ਹੈ ਨਹੀਂ ਉਹਨੂੰ ਲੈ ਕੇ ਦੇ ਦਿੰਦੇ ਹਾਂ ਉਹਦੇ ਕੋਲ ਜੁੱਤੀ ਹੈ ਨਹੀਂ ਉਹਦੇ ਪੈਰ 'ਚ ਜੁੱਤੀ ਪਾ ਦਿੰਦੇ ਹਾਂ ਜਾਂ ਭੁੱਖੇ ਨੂੰ ਅਸੀਂ ਰੋਟੀ ਖਵਾ ਦਿੰਦੇ ਹਾਂ ਮੇਰੇ ਖਿਆਲ ਦੇ ਵਿੱਚ ਉਹ ਤੋਂ ਵੱਡਾ ਪੁੰਨ ਤਾਂ ਕੋਈ ਹੋਰ ਹੋ ਨਹੀਂ ਸਕਦਾ ਹਾਂਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਗਿਆ ਤਾਂ ਦਿੱਲੀ ਸਕੂਲ ਔਲਰੈਡੀ ਬਣਿਆ ਉੱਥੇ 2.5 ਮਿਲੀਅਨ ਪਾਉਂਡ ਲਾ ਕੇ ਉਹ ਸਕੂਲ ਔਲਰੈਡੀ ਫੁੱਲੀ ਇਸਟੈਬਲਿਸ਼ ਆ ਦਿੱਲੀ GK2 ਦੇ ਵਿੱਚ ਹਾਂਜੀ ਤਾਂ ਉੱਥੇ ਕਲੋਵਿੰਗ ਫੂਡ ਸਾਰਾ ਟਰਾਂਸਪੋਰਟ ਬੱਚਿਆਂ ਦਾ ਸਾਰਾ ਇੰਤਜ਼ਾਮ ਉੱਥੇ ਚੱਲ ਰਿਹਾ ਤਾਂ ਅਸੀਂ ਚਾਹੁੰਦੇ ਵੀ ਹਜ਼ੂਰ ਸਾਹਿਬ ਵੀ ਅਸੀਂ ਉਹ ਤੋਂ ਵਧੀਆ ਬਣਾਈਏ ਹਾਂਜੀ
ਮੇਰੇ ਕੋਲ ਤਾਂ ਵੈਸੇ ਸ਼ਬਦ ਨਹੀਂ ਹੈਗੇ ਕਿਉਂਕਿ ਜਿੰਨਾ ਮੈਂ ਇਹਦੇ ਬਾਰੇ ਸੋਚ ਰਹੀ ਹਾਂ ਇਸ ਗੱਲ ਬਾਰੇ ਉਨਾ ਹੀ ਮੈਨੂੰ ਇਹਦੇ ਵਾਸਤੇ ਮਤਲਬ ਅਚੰਭਾ ਵੀ ਹੋ ਰਿਹਾ ਹੈਗਾ। ਔਰ ਮੈਂ ਤੁਹਾਡੀ ਫੈਮਿਲੀ ਜਿਹੜੀ ਹੈ, ਤੁਹਾਡੀਆਂ ਬੇਟੀਆਂ ਜਾਂ ਤੁਹਾਡੀ ਫੈਮਿਲੀ, ਉਹ ਕਿਉਂਕਿ ਯੂ ਮਸਟ ਬੀ ਦਾ ਬ੍ਰੈਡ ਵਿਨਰ ਕਿ ਤੁਸੀਂ ਘਰ ਦੇ ਵਿੱਚ ਹੁਣ ਤੁਹਾਡੇ ਖਰਚੇ ਵੀ ਹੈ, ਤੁਹਾਡੀ ਫੈਮਿਲੀ ਵੀ ਹੈ, ਅਤੇ 3 ਸਾਲ ਦੀ ਜਿਹੜੀ ਅਨਪੇਡ ਲੀਵ ਲਈ ਹੈ, ਤਾਂ ਉਹਦੇ ਬਾਰੇ ਬਾਕੀ ਫੈਮਿਲੀ ਦਾ ਕੀ ਬਣੇਗਾ ਪਿੱਛੋਂ? ਹਾਂਜੀ, ਸਾਨੂੰ ਹੁਣ ਥੋੜ੍ਹਾ ਅਸੀਂ ਫੈਮਿਲੀ ਦਾ ਸਿਚੁਏਸ਼ਨ ਇਹ ਆ ਕਿ ਅਸੀਂ ਵੀ ਜੋ ਹੈਗਾ ਅਸੀਂ ਹੁਣ ਲਾ ਦੇਣਾ, ਸਾਨੂੰ ਕੋਈ ਪਰਵਾਹ ਨਹੀਂ ਹੈਗੀ, ਕਿਉਂਕਿ ਜੋ ਘਰ ਬਣਾਉਣਾ, ਗੱਡੀਆਂ ਬਣਾਉਣੀਆਂ, ਆਹ ਬਣਾਉਣਾ, ਉਹ ਬਣਾਉਣਾ, ਇਹ ਤਾਂ ਚੱਲੀ ਜਾਣਾ। ਸੋ ਇਸ ਕਰਕੇ ਅਸੀਂ ਹੁਣ ਇਸ ਚੀਜ਼ 'ਚੋਂ ਹੁਣ ਗੁਰੂ ਦੀ ਕਿਰਪਾ ਦੇ ਨਾਲ ਨਿਕਲ ਗਿਆ ਬਾਹਰ। ਬੇਟੀਆਂ ਤੁਹਾਡੀਆਂ ਕੀ ਉਹ ਵੀ ਹੈਲਪ ਕਰਨਗੀਆਂ? ਹਾਂਜੀ, ਬੱਚੀਆਂ ਬੱਚੀਆਂ ਵੀ ਜਿਵੇਂ ਬਾਬਾ ਜੀ ਨੇ ਕਿਹਾ ਸੀਗਾ ਗਾਂ ਬਹੁਤ ਮਹਾਨ ਸੇਵਾ ਕਰੂਗੀਆਂ, ਸੋ ਉਹ ਵੀ ਤੁਹਾਡੇ ਨਾਲ ਹੀ ਹੈ? ਹਾਂਜੀ, ਨਾਲ ਆ, 100% ਨਾਲ ਆ। ਸਰ ਉਹਨਾਂ ਨੇ ਕਿਹਾ ਵੀ ਡੈਡ ਤੁਸੀਂ ਕਰੋ ਜੋ ਕਰਨਾ, 2-4 ਸਾਲਾਂ 'ਚ ਸਾਡਾ ਤਾਂ ਵਿਆਹ ਹੋ ਜਾਣਾ, ਸੋ ਇਸ ਕਰਕੇ ਵੀ ਤੁਸੀਂ ਕਰੋ ਜੋ ਕਰਨਾ। ਪਰ ਗੱਲ ਇਹ ਹੈਗੀ ਹੈ ਕਿ ਜੇ ਫੈਮਿਲੀ ਤੁਹਾਨੂੰ ਇਨਕਰੇਜ ਨਹੀਂ ਕਰਦੀ, ਤੁਸੀਂ ਇੱਦਾਂ ਦਾ ਕੰਮ ਕਰ ਨਹੀਂ ਸਕਦੇ। ਇੱਕ ਐਡਾ ਵੱਡਾ ਪ੍ਰੋਜੈਕਟ ਹੈਗਾ, ਔਰ ਮੈਂ ਆਪਣੇ ਜਿੱਥੇ ਸਾਡੇ ਦਰਸ਼ਕ ਦੇਖ ਰਹੇ ਨੇ, ਸਾਡੀਆਂ ਸੰਗਤਾਂ ਸੁਣ ਰਹੀਆਂ ਨੇ, ਇਹੋ ਜਿਹੇ ਇਨਸਾਨ ਨੂੰ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਦੇਖੋ ਆਪਣੇ 3 ਸਾਲ ਆਪਣੀ ਜ਼ਿੰਦਗੀ 'ਤੇ ਜੇ ਦੇਖਿਆ ਜਾਵੇ ਤਾਂ ਬਹੁਤ ਵੱਡਾ ਟਾਈਮ ਵੀ ਹੁੰਦਾ, ਦੇਖਿਆ ਜਾਵੇ ਤਾਂ ਛੋਟਾ ਹੀ ਹੁੰਦਾ, ਪਰ ਇਹ ਦੇਖਣ ਦਾ ਨਜ਼ਰੀਆ ਹੈਗਾ। ਤੁਸੀਂ ਇਹ ਜਿਹੜਾ ਟਾਈਮ ਹੈ ਉਹਨਾਂ ਬੱਚਿਆਂ ਨੂੰ ਦੇ ਰਹੇ ਹੋ ਜਿਹੜੇ ਬੱਚਿਆਂ ਦੇ ਸਿਰ 'ਤੇ ਛੱਤ ਨਹੀਂ, ਜਿਨ੍ਹਾਂ ਦੇ ਕੋਲ ਘਰ ਨਹੀਂ, ਔਰ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਦੇਣਾ ਚਾਹੁੰਦੇ ਹੋ, ਔਰ ਐਜੂਕੇਸ਼ਨ ਦਾ ਜਿਹੜਾ ਗਿਫਟ ਹੈਗਾ ਬਹੁਤ ਵੱਡਾ ਹੈਗਾ। ਹਾਂਜੀ, ਤੁਸੀਂ ਸਾਡੀ ਜਿਹੜੀ ਸੰਗਤ ਹੈ ਉਹਦੇ ਕੋਲੋਂ ਕਿਸ ਤਰ੍ਹਾਂ ਦੀ ਸਪੋਰਟ ਚਾਹੁੰਦੇ ਹੋ, ਇਹਦੇ ਬਾਰੇ ਦੱਸੋ। ਹਾਂਜੀ, ਸੰਗਤ ਤੋਂ ਅਸੀਂ ਇਹ ਚਾਹੁੰਦੇ ਹਾਂ ਕਿ ਓਬਵੀਅਸਲੀ ਜਿੱਦਾਂ ਜੋ ਪੈਸੇ ਦੀ ਵੀ ਬਹੁਤ ਮਦਦ, ਕਿਉਂਕਿ ਪੈਸੇ ਤੋਂ ਬਿਨਾਂ ਪ੍ਰੋਜੈਕਟ ਚੱਲਣਾ ਨਹੀਂ, ਪਰ ਅਸੀਂ ਇਹ ਵੀ ਜ਼ਿਆਦਾ ਚਾਹੁੰਦੇ ਹਾਂ ਕਿ ਜੋ ਆਪਣੇ ਬੱਚੇ ਆ ਇੱਥੇ ਦੇ ਪੜ੍ਹੇ ਆ ਉਹ ਆ ਕੇ ਉੱਥੇ ਸੇਵਾ ਕਰਨ। ਤਾਂ ਮੈਂ ਚਾਹੁੰਦਾ ਵੀ ਜਿਹੜੇ ਆਪਣੇ ਮੇਨ ਸਬਜੈਕਟਸ ਆ ਇੰਗਲਿਸ਼, ਮੈਥਸ, ਸਾਇੰਸ, ਇਹ ਜਿਹੜੇ 3-4 IT, ਇਹ 4 ਸਬਜੈਕਟ ਜਿਹੜੇ ਆ, ਇਹ ਮੈਂ ਚਾਹੁੰਦਾ ਵੀ ਇੱਥੇ ਦੇ ਬੱਚੇ ਉੱਥੇ ਜਾ ਕੇ ਉਹ ਸਬਜੈਕਟ ਚਲਾਉਣ, ਸਰ 3 ਮਹੀਨੇ ਲਈ ਆਉਣ, ਸੇਵਾ ਕਰਨ, ਤਾਂ ਅਸੀਂ ਉਹ ਸਟੈਂਡਰਡ ਸਕੂਲ ਦਾ ਬੋਰਡ ਰੇਜ਼ ਕਰੀਏ। ਸਰ ਪਹਿਲਾਂ ਸਾਡਾ ਟਾਰਗੇਟ ਇਹ ਹੋਊਗਾ ਕਿ ਮਹਾਰਾਸ਼ਟਰ 'ਚ ਬੈਸਟ ਸਕੂਲ ਹੋਵੇ, ਬਾਕੀ ਫਿਰ ਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਹੋਰ ਟਾਰਗੇਟ। ਹਾਂਜੀ, ਅੱਛਾ, ਮਹਾਰਾਸ਼ਟਰ ਦਾ ਪ੍ਰੋਜੈਕਟ ਜਿਹੜਾ ਸੀ ਉਹ ਤਾਂ ਆਲਰੇਡੀ ਚੱਲ ਰਿਹਾ ਸੀ, ਕੀ ਤੁਹਾਡਾ ਦਿਲ ਇਹ ਵੀ ਕਰਦਾ ਹੈ ਕਿ ਕੁਝ ਪੰਜਾਬ ਦੇ ਵਾਸਤੇ ਵੀ ਕੀਤਾ ਜਾਵੇ? ਹਾਂਜੀ, ਉਹ ਗੁਰੂ ਜੀ ਸੇਵਾ ਔਰਡਰ ਦੱਸੋਗੇ ਤਾਂ ਅਸੀਂ ਜਿੱਥੇ ਮਰਜ਼ੀ ਜਾਓਗੇ, ਕੋਈ ਪ੍ਰੋਬਲਮ ਨਹੀਂ। ਪਰ ਤੁਹਾਡਾ ਆਪਣਾ ਦਿਲ ਕੀ ਕਹਿੰਦਾ ਜਦੋਂ ਤੁਸੀਂ ਉੱਥੇ ਜਾਂਦੇ ਹੋ? ਉੱਥੇ ਵੀ ਤੁਹਾਨੂੰ ਕੁਝ ਲੱਗਦਾ ਕਿ ਇੱਥੇ ਵੀ ਕੁਝ ਕੀਤਾ ਜਾ ਸਕਦਾ? ਵਟ ਡੂ ਯੂ ਥਿੰਕ ਅਬਾਊਟ ਦੈਟ? ਲਾਈਕ ਤੁਹਾਡਾ ਪਰਸਨਲ ਵਿਊ ਕੀ ਹੈਗਾ? ਮੇਰਾ ਪਰਸਨਲ ਵਿਊ ਇਹ ਆ ਕਿ ਹੁਣ ਹਜ਼ੂਰ ਸਾਹਿਬ ਦੇ ਵਿੱਚ ਅਸੀਂ 6 ਮਹੀਨੇ ਲਾਏ ਆ, ਤਾਂ ਸਾਨੂੰ ਇਹ ਹੁਣ ਪਤਾ ਲੱਗਾ ਕਿ ਪੰਜਾਬ ਬਹੁਤ ਜ਼ਿਆਦਾ ਐਡਵਾਂਸ ਆ, ਪੈਸੇ ਵੱਲੋਂ ਵੀ ਵੈਰੀ ਰਿਚ ਆ, ਤਾਂ ਇੰਗਲਿਸ਼ ਵੀ ਉਹਨਾਂ ਨੂੰ ਆਉਂਦੀ ਆ, ਹੋਰ ਬਾਕੀ ਸੋਚਣੀ ਵੀ ਉਹਨਾਂ ਦੀ ਬਹੁਤ ਐਡਵਾਂਸ ਆ। ਨਾਂਦੇੜ ਸਾਨੂੰ ਇੱਦਾਂ ਲੱਗਾ ਵੀ ਇਹ 20-25 ਸਾਲ ਪਿੱਛੇ ਆ, ਸੋ ਇਸ ਕਰਕੇ ਵੀ ਉਹਨਾਂ ਨੂੰ ਜੇ ਅਸੀਂ ਹੈਲਪ ਤਾਂ ਸਪੋਰਟ ਕਰੂਗੇ ਤਾਂ ਉਹਨਾਂ ਨੂੰ ਐਟਲੀਸਟ ਥੋੜ੍ਹਾ ਪੰਜਾਬ ਦੇ ਸਾਈਡ, ਕਿਉਂਕਿ ਇਹ ਗੁਰੂ ਦੀ ਸਿਟੀ ਆ, ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਦੀ ਸਿਟੀ ਆ, ਤਾਂ ਉੱਥੇ ਹੋਰ ਵੀ ਕਈ ਮਹਾਂਪੁਰਸ਼ ਹੈਗੇ ਆ ਜਿਹੜੇ ਉਹਨੂੰ ਗ੍ਰੇਟ ਸਿਟੀ ਬਣਾਉਣਾ ਚਾਹੁੰਦੇ ਆ, ਤਾਂ ਅਸੀਂ ਵੀ ਉੱਥੇ ਐਜੂਕੇਸ਼ਨ ਬੱਚਿਆਂ ਨੂੰ ਦੇ ਕੇ, ਤਾਂ ਸਕੂਲ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ, ਇਹ ਨਹੀਂ ਕਿ ਇਕੱਲੇ ਸਿੱਖ ਪੜ੍ਹਾਉਂਦੇ ਪੜ੍ਹਾਈਦੇ ਆ, ਕੋਈ ਵੀ ਹੋਵੇ ਬੱਚੇ, ਕ੍ਰਾਈਟੇਰੀਆ ਇਹ ਆ ਕਿ ਗਰੀਬ ਹੋਣ ਬਸ। ਜੀ, ਯਾਨੀ ਜਿਹੜੀ ਸਾਡੀ ਸਿੱਖਾਂ ਗੁਰੂਆਂ ਦੀ ਜਿਹੜੀ ਸਾਡੀ ਇੱਕ ਸਿੱਖਿਆ ਹੈ ਤੁਸੀਂ ਉਹਦੇ ਉੱਪਰ ਚੱਲ ਰਹੇ ਹੋ। ਸਾਡੇ ਤਾਂ ਗੁਰੂਆਂ ਨੇ ਵੀ ਆਪਣੇ ਟਾਈਮ ਦੇ ਵਿੱਚ ਕਦੀ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ, ਭਾਵੇਂ ਉਹ ਹਿੰਦੂ ਹੁੰਦੇ ਸੀ ਜਾਂ ਮੁਸਲਮਾਨ ਸੀ ਜਾਂ ਕੋਈ ਵੀ ਧਰਮ ਦੇ ਸੀਗੇ, ਸਾਰਿਆਂ ਨੂੰ ਬਰਾਬਰ ਦਾ ਹੀ ਦਰਜਾ ਦਿੱਤਾ। ਔਰ ਜਿੱਥੇ ਜਿਹੜੇ ਵੀ ਕਿਸੇ ਹਿੰਦੂ ਦੇ ਘਰ ਦੇ ਵਿੱਚ ਪ੍ਰੋਬਲਮ ਸੀ ਜਾਂ ਮੁਸਲਮਾਨ ਦੇ, ਉੱਥੇ ਵੀ ਜਾ ਕੇ ਉਨੀ ਹੀ ਵਧੀਆ ਤਰੀਕੇ ਨਾਲ ਹੈਲਪ ਕੀਤੀ ਜਿੰਨੀ ਕਿ ਸਿੱਖਾਂ ਦੀ ਹੈਲਪ ਹੁੰਦੀ ਆਈ ਹੈ। ਜਿਹੜੇ ਅਸੀਂ ਹਿਸਟਰੀ ਵੀ ਦੇਖੀਏ ਤਾਂ ਉਹਦੇ ਵਿੱਚ ਵੀ ਅਸੀਂ ਸਾਰਿਆਂ ਨੂੰ ਬਰਾਬਰ ਹੀ ਸਮਝਿਆ ਹੈ, ਅਤੇ ਜੇ ਅਸੀਂ ਉਸ ਲੀਹ ਦੇ ਉੱਪਰ ਚੱਲਦੇ ਹੋਏ ਇੱਕ ਸਾਂਝੀਵਾਲਤਾ ਦਾ, ਇੱਕ ਮਨੁੱਖਤਾ ਦਾ, ਹਿਊਮੈਨਿਟੀ ਦਾ ਅਸੀਂ ਸੁਨੇਹਾ ਦਿੰਦੇ ਹਾਂ, ਤਾਂ ਮੇਰੇ ਖਿਆਲ 'ਚ ਇਹ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਔਰ ਜਿਹੜਾ ਸਾਡਾ ਪੰਜਾਬੀ ਵਿਰਸਾ ਪ੍ਰੋਗਰਾਮ ਹੈ ਇਹਦੇ ਵਿੱਚ ਵੀ ਅਸੀਂ ਇੱਕ ਯੂਨਿਟੀ ਦਾ ਮੈਸੇਜ ਦਿੰਦੇ ਹਾਂ,
ਅਸੀਂ ਸਾਂਝੀ ਵਾਲਤਾ ਦਾ ਮੈਸੇਜ ਦਿੰਨੇ ਆ ਬਿਕੋਜ਼ ਆਪਣੇ ਵਾਸਤੇ ਤਾਂ ਅਸੀਂ ਸਾਰੇ ਜਣੇ ਲਾਈਫ ਜੀ ਰਹੇ ਹੈਗੇ ਆ। ਹਾਂਜੀ ਡੈਫੀਨਟਲੀ ਇਹ ਤਾਂ ਗੱਲ ਠੀਕ ਹੈ ਕਿਉਂਕਿ ਹੁਣ ਜਿਹੜੇ ਪਸ਼ੂ ਆ ਉਹ ਵੀ ਆਪਣੀ ਫੈਮਿਲੀ ਲਈ ਬਹੁਤ ਕੁਛ ਕਰਦੇ ਆ ਹਨਾ। ਸੋ ਵੈਲਿਊ ਤਾਂ ਉਦੋਂ ਬੰਦੇ ਦੀ ਹੁੰਦੀ ਹੈ ਕਿ ਹੋਰਾਂ ਲਈ ਕਰੇ ਹਨਾ। ਆਪਾਂ ਠੀਕ ਹੈ ਆਪਾਂ ਆਪਣੀ ਫੈਮਿਲੀ ਦੀ ਲੁੱਕ ਆਫਟਰ ਕਰਨੀ ਹੈ ਪਰ ਆਪਾਂ ਹੋਰ ਜੇ 250 ਬੱਚਾ ਜਾਂ 2000 ਬੱਚੇ ਨੂੰ ਐਜੂਕੇਸ਼ਨ ਦੇ ਸਕਦੇ ਹਾਂ ਤਾਂ ਉਹ ਜਿਹੜੇ ਗਰੀਬੀ ਆ ਉਹ ਰੂਟ ਤੋਂ ਅਸੀਂ ਮੁਕਾ ਸਕਦੇ ਹਾਂ ਗੁਰੂ ਜੀ ਦੀ ਕਿਰਪਾ ਦੇ ਨਾਲ। ਤਾਂ ਬਾਕੀ ਉਹਨਾਂ ਦੇ ਜਿਹੜੇ ਜਨਮ ਜਿਹੜੇ ਉਹਨਾਂ ਦੇ ਜੈਨੂਰੇਸ਼ਨ ਹੋਊਗੇ ਉਹ ਕਹੂਗੇ ਕਿ ਸਾਡਾ ਜਿਹੜਾ ਬਾਬਾ ਸੀਗਾ ਇਹ ਸਕੂਲ ਤੋਂ ਭਰਿਆ ਸੀਗਾ ਇੱਥੇ ਇਹਦੇ ਇਸ ਸਕੂਲ ਦੇ ਕਰਕੇ ਸਾਨੂੰ ਹੁਣ ਅੱਜ ਐਜੂਕੇਸ਼ਨ ਮਿਲੀ ਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਤੁਹਾਡੇ ਬਾਬਾ ਜੀ ਇੱਥੇ ਆਏ ਇੱਦਾਂ ਹੀ ਫਿਰ ਉਹਨਾਂ ਦੀਆਂ ਗਾਂ ਪੁਸ਼ਤਾਂ ਵੀ ਜਿਹੜੀਆਂ ਨੇ ਜਦੋਂ ਉਹਨਾਂ ਦੇ ਕਿਉਂਕਿ ਐਜੂਕੇਸ਼ਨ ਦੇ ਨਾਲ ਸੁਧਾਰ ਆਉਂਦਾ ਹੀ ਆਉਂਦਾ ਆ। ਜੇ ਅੱਜ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਹਾਂ ਜਾਂ ਇੰਨੀ ਤੁਸੀਂ ਇੰਨੀ ਅੱਛੀ ਪੋਸਟ 'ਤੇ ਬੈਠੇ ਹੋ ਜਾਂ ਇੱਥੇ ਪੰਜਾਬੀਆਂ ਨੇ ਆ ਕੇ ਆਪਣੇ ਝੰਡੇ ਗੱਡ ਲਏ ਨੇ ਇੰਨੇ ਨੇ ਬਿਜ਼ਨਸ ਕਰ ਲਏ ਨੇ ਉਹ ਐਜੂਕੇਸ਼ਨ ਦੀ ਬੈਕਗਰਾਊਂਡ ਹੈ ਤਾਂ ਹੀ ਕਰ ਲੈਣ ਇਹਨਾਂ। ਹਾਂਜੀ ਕਿਉਂਕਿ ਜੇ ਐਜੂਕੇਸ਼ਨ ਨਾ ਹੋਵੇ ਤਾਂ ਉਹਦੇ ਨਾਲ ਉਹ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈਗਾ। ਹਾਂਜੀ ਕੀ ਇਹਨਾਂ ਸਕੂਲਾਂ ਦੇ ਵਿੱਚ ਸਿੱਖੀ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ? ਹਾਂਜੀ ਉੱਥੇ ਫਸਟ ਲੈਂਗੁਏਜ ਮਰਾਠੀ ਆ ਤਾਂ ਸੈਕਿੰਡ ਲੈਂਗੁਏਜ ਹੈਗੀ ਹਿੰਦੀ ਤਾਂ ਅਸੀਂ ਇੰਗਲਿਸ਼ ਵੀ ਕੰਪਲਸਰੀ ਆ ਕਿਉਂਕਿ ਜੋ ਸਬਜੈਕਟਸ ਆ ਆਪਣੇ ਇੰਗਲਿਸ਼ ਵਿੱਚ ਬਾਕੀ ਅਸੀਂ ਗੁਰਮੁਖੀ ਵੀ ਸਿਖਾਉਂਦੇ ਹਾਂ। ਅੱਛਾ ਜੀ ਕਿਉਂ ਗੁਰਮੁਖੀ ਕੰਪਲਸਰੀ ਨਹੀਂ ਹੈਗੀ ਉੱਥੇ? ਹਾਂਜੀ ਗੁਰਮੁਖੀ ਨਹੀਂ ਮਹਾਰਾਸ਼ਟਰ ਦੇ ਵਿੱਚ ਨਹੀਂ ਹੈਗੀ ਪਰ ਅਸੀਂ ਉਸ ਸਕੂਲ ਦੇ ਵਿੱਚ ਗੁਰਮੁਖੀ ਕੰਪਲਸਰੀ ਆ। ਹਾਂਜੀ ਕੰਪਲਸਰੀ ਹੈ ਜੀ। ਠੀਕ ਹੈ ਜੀ। ਅੱਛਾ ਅਤੇ ਜਿਹੜੇ ਉੱਥੇ ਦੇ ਜਿਹੜੇ ਜਦੋਂ ਤੁਸੀਂ ਟੀਚਰ ਇੰਪਲੋਏ ਕਰਦੇ ਹੋ ਅਤੇ ਉਹ ਲੋਕਲ ਏਰੀਆ ਤੋਂ ਕਰ ਰਹੇ ਹੋ ਜਾਂ ਬਾਹਰੋਂ ਕਿਧਰੋਂ ਆਉਂਦੇ ਨੇ ਜਿਹੜੇ ਟੀਚਰ ਨੇ? ਹਾਂਜੀ ਐਟ ਦ ਮੋਮੈਂਟ ਸਾਡੇ ਉਹ ਲੋਕਲ ਆ। ਹਾਂਜੀ ਪਰ ਮੈਂ ਚਾਹੁੰਦਾ ਵੀ ਆਪਣੇ ਜਿਹੜੇ ਉਹ ਚਾਰ ਮੇਨ ਸਬਜੈਕਟਸ ਆ ਉਹ ਆਪਾਂ ਇੰਗਲੈਂਡ ਤੋਂ ਲੈ ਕੇ ਆਈਏ ਟੀਚਰ। ਠੀਕ ਹੈ ਫਿਰ ਸਟੈਂਡਰਡ ਵੇਸ ਹੋਊਗਾ। ਹਾਂਜੀ ਠੀਕ ਹੈ। ਜਿਹੜੇ ਉੱਥੇ ਦੇ ਆਲਰੇਡੀ ਜਿਹੜੇ ਟੀਚਰ ਉੱਥੇ ਪੜ੍ਹਾ ਰਹੇ ਹੈਗੇ ਨੇ ਉਹਨਾਂ ਨੂੰ ਜਿਹੜੀ ਤਨਖਾਹ ਉਹ ਮਤਲਬ ਵਾਲੰਟਰੀ ਬੇਸਿਸ 'ਤੇ ਕੰਮ ਕਰ ਰਹੇ ਨੇ ਜਾਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ? ਨਹੀਂ ਫੁੱਲ ਪੇ। ਹਾਂਜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਹਾਂਜੀ ਉੱਥੇ ਮੈਂ ਇਹ ਨੋਟ ਕੀਤਾ ਵੀ ਉੱਥੇ ਕੋਈ ਨਹੀਂ ਸੇਵਾ ਕਰਕੇ ਰਾਜੀ, ਸਾਰੇ ਕਹਿੰਦੇ ਵੀ ਸਾਨੂੰ ਪੈਸੇ ਦਿਓ। ਹਾਂਜੀ ਨਾਲੇ ਗੱਲ ਇਹ ਹੈਗੀ ਹੈ ਕਿ ਉੱਥੇ ਪਾਵਰਟੀ ਵੀ ਹੈਗੀ ਆ, ਲੋਕਾਂ ਨੇ ਆਪਣੇ ਘਰ ਵੀ ਚਲਾਉਣੇ ਆ। ਐਗਜੈਕਟਲੀ। ਠੀਕ ਹੈ ਤੇ ਜਿਹੜੀ ਉਹ ਫੰਡਿੰਗ ਹੈ ਜਿਹੜੀ ਟੀਚਰਸ ਨੂੰ ਆ ਰਹੀ ਹੈ ਉਹ ਕਿੱਥੋਂ ਆ ਰਹੀ ਹੈ, ਐਟ ਦਾ ਮੋਮੈਂਟ ਕਿੱਥੋਂ ਆ ਰਹੀ ਹੈਗੀ ਹੈ? ਹਾਂਜੀ ਇੱਥੋਂ ਬਸ ਸੰਗਤ ਤੋਂ ਜਾਂ ਜਿਹੜਾ ਆਪਣਾ ਜਿਹੜਾ ਦੂਸਰਾ ਸਕੂਲ ਚੱਲਦਾ ਉੱਥੇ ਮਿਨੀਮਮ ਫੀ ਜੋ ਅਸੀਂ ਪੇ ਕਰਦੇ ਹਾਂ ਉਹਦੇ ਨਾਲ ਅਸੀਂ ਬੈਲੈਂਸ ਕਰਕੇ ਦੋਨੇ ਸਕੂਲ ਚਲਾਉਂਦੇ ਹਾਂ। ਅੱਛਾ ਇਹ ਦੋ ਸਕੂਲ ਚੱਲ ਰਹੇ ਆ, ਇੱਕ ਦੇ ਵਿੱਚ ਥੋੜ੍ਹੀ ਫੀਸ ਜਿਹੜੀ ਆ ਉਹ ਚਾਰਜ ਹੋ ਰਹੀ ਹੈ? ਹਾਂਜੀ ਨਾਨਕ ਸਰ ਦਸਮੇਸ਼ ਪਬਲਿਕ ਸਕੂਲ, ਹਾਂਜੀ ਉਹ 'ਚ ਫੀ ਚਾਰਜ ਕਰਦੇ ਆ ਤਾਂ ਦੂਸਰਾ ਸਕੂਲ ਗਰੀਬ ਨਿਵਾਜ ਫੁੱਲੀ ਗਰੀਬ ਆ। ਹਾਂਜੀ ਉੱਥੇ। ਅੱਛਾ ਜਿਹੜਾ ਇਹ ਪ੍ਰੋਜੈਕਟ ਹੈ ਇਹਦੇ ਵਾਸਤੇ ਸਿਰਫ ਤੁਸੀਂ ਇਕੱਲੇ ਇੱਥੋਂ ਜਾ ਰਹੇ ਹੋ ਜਾਂ ਤੁਹਾਡੇ ਕੋਈ ਹੈਲਪਰ ਵੀ ਇੱਥੋਂ ਜਾ ਰਹੇ ਹੈਗੇ ਨੇ? ਹਾਂਜੀ ਹਾਲੇ ਤਾਂ ਚਲੋ ਗੁਰੂ ਜੀ ਤਾਂ ਸਾਥ ਹੀ ਹੈ ਇਕੱਲੇ। ਹਾਂਜੀ ਪਰ ਐਟ ਦ ਮੋਮੈਂਟ ਹਾਂਜੀ ਸਾਨੂੰ ਇਕੱਲੇ ਨੂੰ। ਹਾਂਜੀ ਤੁਸੀਂ ਕਰ ਰਹੇ ਇਕੱਲੇ? ਹਾਂਜੀ ਠੀਕ ਹੈ। ਅਤੇ ਕੀ ਤੁਹਾਨੂੰ ਕੋਈ ਮਤਲਬ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੇ ਤੁਹਾਡੇ ਨਾਲ ਕੋਈ ਹੈਲਪ ਕਰਨਾ ਚਾਹਵੇ ਅਤੇ ਉੱਥੇ ਮਤਲਬ ਰਿਹਾਇਸ਼ ਦਾ ਕੀ ਪ੍ਰਬੰਧ ਹੈਗਾ, ਕਿੱਥੇ ਤੁਸੀਂ ਰਹੋਗੇ ਜਾ ਕੇ? ਹਾਂਜੀ ਉੱਥੇ ਸ਼ੇਖ ਦੇ ਸਾਈਡ ਦੇ ਉੱਤੇ 5 ਬੈਡਰੂਮ ਘਰ ਹੈਗਾ ਆ, ਉੱਥੇ ਅਕੋਮੋਡੇਸ਼ਨ ਆਪਣੀ ਹੈਗੀ ਆ। ਤਾਂ ਸਰ ਐਨੀ ਵਨ ਜੇ ਉਹਨਾਂ ਨੇ ਹੈਲਪ ਕਰਨੀ ਆ, ਟੀਚਿੰਗ ਕਰਨੀ ਆ ਜਾਂ ਹੋਰ ਸੇਵਾ ਕਰਨੀ ਆ ਉੱਥੇ ਆ ਕੇ ਰਹਿ ਸਕਦੇ ਆ। ਬਾਕੀ ਹੋਰ ਇੱਥੇ ਲੋਕਲ ਵੀ ਆਪਣੇ ਗੁਰਦੁਆਰੇ ਬਣੇ ਆ ਤਾਂ ਅਕੋਮੋਡੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਯਾਨੀ ਅਕੋਮੋਡੇਸ਼ਨ ਜਿਹੜੀ ਆ ਉੱਥੇ ਹੈਗੀ। ਔਰ ਜੇ ਹੁਣ ਕਈ ਵਾਰ ਇੱਦਾਂ ਹੁੰਦਾ ਕਿ ਜਿੱਦਾਂ ਤੁਸੀਂ ਤੁਹਾਡੇ ਕੋਲ 3 ਸਾਲ ਦਾ ਤੁਸੀਂ ਇੱਕ ਬਹੁਤ ਵੱਡੀ ਇਹ ਰਿਸਪੋਂਸੀਬਿਲਟੀ ਲਈ ਹੈ 3 ਈਅਰਸ ਦੀ, ਅਤੇ ਜੇ ਕਿਸੇ ਕੋਲ ਥੋੜ੍ਹਾ ਵਕਤ ਹੋਵੇ ਕਿ ਉਹ ਥੋੜ੍ਹੇ ਵਕਤ ਦੇ ਵਿੱਚ ਵੀ ਤੁਹਾਡੇ ਕੋਲ ਹੈਲਪ ਕਰ ਸਕਦੇ ਨੇ ਆ ਕੇ, ਲੈਟਸ ਸੇ ਸਮਬਡੀ ਇਜ਼ ਗੋਟ 3 ਮੰਥਸ ਔਰ 2 ਮੰਥਸ ਔਰ 6 ਮੰਥਸ? ਹਾਂਜੀ ਯੈਸ ਡੈਫੀਨਟਲੀ। ਮੈਂ ਤਾਂ ਕਹਿੰਦਾ ਵੀ 1-2 ਹਫ਼ਤੇ ਲਈ ਵੀ ਜੇ ਕੋਈ ਆਵੇ ਯੂ ਨੋ ਨਾਲੇ ਯਾਤਰਾ ਆਪਣਾ ਕਰੇ ਤਾਂ ਬਾਕੀ ਉਹ ਫਿਰ ਦੇਖ ਸਕਦੇ ਆ ਪ੍ਰੋਜੈਕਟ ਐਂਡ ਆਪਣਾ ਇਨਪੁੱਟ ਦੇ ਸਕਦੇ ਅਤੇ ਹੈਲਪ ਕਰ ਸਕਦੇ। ਹਾਂਜੀ ਸਾਡੇ ਦਰਸ਼ਕਾਂ ਨੂੰ ਤੁਹਾਡੇ ਪ੍ਰੋਜੈਕਟ ਦੇ ਬਾਰੇ ਕਾਫੀ ਵਧੀਆ ਤਰੀਕੇ ਦੇ ਨਾਲ ਅਸੀਂ ਜਿਹੜੀ ਜਾਣਕਾਰੀ ਹੈ ਜਿੰਨੀ ਖੋਲ੍ਹ ਕੇ ਦੇ ਸਕਦੇ ਹਾਂ ਉਨੀ ਦੇ ਸਕਦੇ। ਵੈਸੇ ਮੇਰਾ ਦਿਲ ਕਰਦਾ ਸੀਗਾ ਕਿ ਅਸੀਂ ਫੁਟੇਜ ਵੀ ਦਿਖਾਉਂਦੇ ਕਿਹੜਾ ਸਕੂਲ ਸੀ, ਪਰ ਸਾਡੇ ਕੋਲ ਉਹ ਫੁਟੇਜ ਅੱਜ ਹੈ ਨਹੀਂ ਸੀਗਾ। ਅਤੇ ਮੈਂ ਚਾਹੁੰਦੀ ਹਾਂ ਕਿ ਹੁਣ ਤੁਸੀਂ ਸਾਡੀਆਂ ਸੰਗਤਾਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡੇ ਨਾਲ ਰਾਬਤਾ ਕਿਸ ਤਰ੍ਹਾਂ ਕੀਤਾ ਜਾ ਸਕਦਾ, ਤੁਸੀਂ ਥੋੜ੍ਹਾ ਜਿਹਾ ਉਹ ਵੀ ਡੀਟੇਲਸ ਆਪਣੇ ਵੈਬਸਾਈਟ ਵਗੈਰਾ ਦੱਸ ਦਿਓ ਸਾਰਿਆਂ ਨੂੰ। ਹਾਂਜੀ ਵੈਬਸਾਈਟ ਦੇ ਡੀਟੇਲਸ www.23pa.com ਤਾਂ ਬਾਕੀ ਫੇਸਬੁੱਕ 'ਤੇ ਅਸੀਂ ਜਸਪਾਲ ਸਿੰਘ ਤੁਸੀਂ ਲੱਭ ਸਕਦੇ ਆ। ਤਾਂ ਹੋਰ ਸਾਡਾ ਟੈਲੀਫੋਨ ਨੰਬਰ ਵੀ ਨੋਟ ਕਰ ਸਕਦੇ ਆ 0796122267
ਤਾਂ ਸਾਡੀ ਈਮੇਲ ਹੈਗੀ ਹੈ jas.singh_95@hotmail.co.uk. ਈਮੇਲ ਤੁਸੀਂ ਦੁਬਾਰਾ ਦੱਸ ਦਿਓ ਮੈਨੂੰ, jas ਹਾਂਜੀ jas.singh_95@hotmail.co.uk. ਅਤੇ ਫੇਸਬੁੱਕ ਦੀ ਆਈ ਡੀ ਜਿਹੜੀ ਹੈਗੀ ਹੈ ਉਹ ਭਾਈ ਸਾਹਿਬ ਦੀ ਤੁਸੀਂ ਨੋਟ ਕਰ ਲਓ, ਜਸਪਾਲ ਸਿੰਘ, JASPAL ਜਸਪਾਲ ਸਿੰਘ, ਅਤੇ ਬਾਕੀ ਤੁਹਾਡੀ ਪਿਕਚਰ ਲੱਗੀ ਹੋਈ ਆ ਉੱਥੇ, ਅਤੇ ਉੱਥੇ ਜਾ ਕੇ ਕਲਿੱਕ ਕਰ ਸਕਦੇ ਆ ਔਰ ਤੁਹਾਨੂੰ ਫਰੈਂਡ ਰਿਕੁਐਸਟ ਭੇਜ ਸਕਦੇ ਆ ਅਤੇ ਤੁਸੀਂ ਉਹਨਾਂ ਨੂੰ ਕਨੈਕਟ ਕਰ ਸਕਦੇ ਹੋ ਉੱਥੇ, ਕਿਉਂਕਿ ਫੇਸਬੁੱਕ ਅੱਜ ਕੱਲ੍ਹ ਜਿਹੜੀ ਹੈਗੀ ਆ ਉਹਦੇ ਉੱਪਰ ਕਾਫੀ ਰਾਬਤਾ ਹੋ ਜਾਂਦਾ ਔਰ ਜਲਦੀ ਸਾਰਿਆਂ ਦਾ ਪਤਾ ਵੀ ਲੱਗ ਜਾਂਦਾ ਹੈਗਾ, ਅਤੇ ਵੈਬਸਾਈਟ ਵੀ ਇੱਕ ਵਾਰੀ ਦੁਬਾਰਾ ਦੱਸ ਦਿਓ ਆਪਣਾ। ਹਾਂਜੀ www.23pa.com ਜੀ, ਅਤੇ ਇਸ ਵੈਬਸਾਈਟ ਦੇ ਉੱਪਰ ਜਾ ਕੇ ਜਿਹੜੀ ਤੁਹਾਨੂੰ ਹੋਰ ਜਾਣਕਾਰੀ ਇਸ ਪ੍ਰੋਜੈਕਟ ਦੇ ਬਾਰੇ ਮਿਲ ਸਕਦੀ ਹੈ। ਅਕਾਲ ਚੈਨਲ ਫੇਮਸ ਹੈਗਾ ਜੀ ਇਸ ਗੱਲ ਦੇ ਵਿੱਚ ਕਿ ਜਿੱਥੇ ਵੀ ਕਿਤੇ ਵੀ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਕਦੀ ਵੀ ਕਿਸੇ ਹਿਊਮੈਨਿਟੀ ਦੇ ਤੌਰ 'ਤੇ ਕਦੀ ਲੋੜ ਪਈ ਹੈ ਤਾਂ ਅਕਾਲ ਚੈਨਲ ਪਹਿਲਾਂ ਜਾ ਕੇ ਖੜ੍ਹਾ ਹੁੰਦਾ ਹੈ ਔਰ ਸਿਰਫ ਸਾਨੂੰ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਜਾਂ ਜਦੋਂ ਵੀ ਕਿਤੇ ਕੋਈ ਔਖੀ ਘੜੀ ਹੁੰਦੀ ਅਸੀਂ ਸਾਰੇ ਰਲ ਕੇ ਇਕੱਠੇ ਹੋ ਜਾਂਦੇ ਹਾਂ ਔਰ ਸਾਡੇ ਸਾਂਝੇ ਜਿਹੜੀ ਜਦੋਂ ਅਸੀਂ ਸਾਂਝੇ ਤੌਰ 'ਤੇ ਕੋਈ ਕੰਮ ਕਰਦੇ ਹਾਂ ਉਹਦੇ 'ਚ ਬੜੀ ਤਾਕਤ ਹੁੰਦੀ ਹੈ। ਜਸਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ ਆ ਕੇ ਸਾਡੇ ਨਾਲ ਇੰਨੀਆਂ ਗੱਲਾਂ ਸ਼ੇਅਰ ਕੀਤੀਆਂ। ਹਾਂਜੀ, ਥੈਂਕ ਯੂ ਫਾਰ ਹੈਵਿੰਗ ਮੀ ਐਂਡ ਰੀਅਲੀ ਅਪਰੀਸ਼ੀਏਟ ਯੂਰ ਟਾਈਮ। ਹਾਂਜੀ, ਥੈਂਕ ਯੂ ਵੈਰੀ ਵੈਰੀ ਮੱਚ, ਅਤੇ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਵਿਰਸਾ ਪ੍ਰੋਗਰਾਮ ਦੇਖਦੇ ਰਹੋ ਔਰ ਇਸੇ ਤਰ੍ਹਾਂ ਹੀ ਜਿਹੜੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਗੈਸਟ ਆਉਂਦੇ ਨੇ ਤੁਸੀਂ ਉਹਨਾਂ ਦੇ ਬਾਰੇ ਸਾਨੂੰ ਲਿਖ ਕੇ ਵੀ ਭੇਜਦੇ ਰਿਹਾ ਕਰੋ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਗਰਾਮ ਲੱਗਦਾ, ਫੀਡਬੈਕ ਜਿਹੜੀ ਹੈ ਅਸੀਂ ਉਸ ਦੀ ਬਹੁਤ ਅਪਰੀਸ਼ੀਏਸ਼ਨ ਕਰਦੇ ਹਾਂ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਇਸੇ ਹੀ ਪ੍ਰੋਗਰਾਮ ਦੇ ਜ਼ਰੀਏ ਮੈਂ ਹਾਜ਼ਰ ਹੋ ਜਾਵਾਂਗੀ। ਤਦ ਤੱਕ ਲਈ ਆਪਣਾ ਰੱਖੋ ਖਿਆਲ, ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹੋ।